Hello friends, welcome to on my YouTube channel Be Educational Winners. Friends, as you see, most important topic. ਜੋ ਇੱਕ ਡਿਫਰੈਂਸ ਹੈ ਨਾ ਇੱਕ ਮੰਤਰੀ ਮੰਡਲ ਤੇ ਮੰਤਰੀ ਪ੍ਰੀਸ਼ਦ ਦੇ ਵਿੱਚ ਜੋ ਕੈਬਨਿਟ ਮੰਤਰੀ ਆ ਜਾਂਦੇ ਹਨ ਠੀਕ ਹੈ ਰਾਜ ਮੰਤਰੀ ਇਸ ਤਰ੍ਹਾਂ ਦੇ ਜੋ ਮੰਤਰੀਆਂ ਦੇ ਜੋ ਮੰਤਰਾਲੇ ਆ ਜਾਂਦੇ ਹਨ ਠੀਕ ਹੈ ਇਹਨਾਂ ਦੇ ਵਿੱਚ ਆਪਾਂ ਡਿਫਰੈਂਸ ਨਹੀਂ ਸਮਝ ਪਾਉਂਦੇ ਕਿ ਮੰਤਰੀ ਮੰਡਲ ਕੀ ਹੈ ਮੰਤਰੀ ਪ੍ਰੀਸ਼ਦ ਕੀ ਹੈ ਕੈਬਨਿਟ ਮੰਤਰੀ ਕੀ ਹੈ ਸੋ ਇਸ ਵੀਡੀਓ ਦੇ ਵਿੱਚ ਅਸੀਂ ਉਹ ਸਾਰਾ ਡਿਫਰੈਂਸ ਕਵਰ ਕਰਾਂਗੇ ਪਲੱਸ 10 ਕੁਐਸਚਨ ਦਾ ਟੈਸਟ ਹੋਏਗਾ ਜੋ ਇੰਪੋਰਟੈਂਟ ਕੁਐਸਚਨ ਮੰਤਰੀ ਪ੍ਰੀਸ਼ਦ ਦੇ ਨਾਲ ਰਿਲੇਟਡ ਹੋਣਗੇ ਸੋ ਸਾਰੀ ਨੌਲੇਜ ਇੰਪੋਰਟੈਂਟ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਫਰੈਂਡਸ ਜੇਕਰ ਅਜੇ ਤੱਕ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਲੇਟੈਸਟ ਜੋ ਵੀਡੀਓ ਦੀ ਨੋਟੀਫਿਕੇਸ਼ਨ ਹੋਏਗੀ ਉਹ ਤੁਹਾਨੂੰ ਪਹੁੰਚ ਸਕੇ ਸੋ ਸਟਾਰਟ ਕਰਦੇ ਹਾਂ ਫਰੈਂਡਸ ਸਭ ਤੋਂ ਪਹਿਲਾਂ ਅਸੀਂ ਜੇ ਗੱਲ ਕਰੀਏ ਸਾਡੇ ਜੋ ਪ੍ਰਣਾਲੀ ਕਿਹੜੀ ਅਪਣਾਈ ਗਈ ਹੈ ਸਾਡੇ ਸੰਵਿਧਾਨ ਦੀ ਤਾਂ ਸੰਸਦੀ ਸ਼ਾਸਨ ਪ੍ਰਣਾਲੀ ਜੋ ਕਿ ਕਿਤੋਂ ਲਈ ਗਈ ਹੈ ਬ੍ਰਿਟੇਨ ਤੋਂ ਸੋ ਇਸ ਦੇ ਵਿੱਚ ਜੇਕਰ ਅਸੀਂ ਇੱਕ ਅੱਲ ਕਰੀਏ ਮੇਨ ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਬਹੁਤ ਘੱਟ ਟਾਈਮ ਲੈਂਦੇ ਹੋਏ ਮੰਤਰੀ ਪ੍ਰੀਸ਼ਦ ਤੇ ਮੰਤਰੀ ਮੰਡਲ ਦਾ ਡਿਫਰੈਂਸ ਦੇ ਆਵਾਂਗੇ ਸੋ ਇਸ ਨੂੰ ਜੋ ਹੈ ਮੇਨਲੀ ਅਸੀਂ ਗੱਲ ਕਰਾਂਗੇ ਸਰਕਾਰ ਜੋ ਹੁੰਦੀ ਹੈ ਉਸ ਦਾ ਅਰਥ ਕੀ ਹੁੰਦਾ ਹੈ ਤਾਂ ਮੇਨ ਸਰਕਾਰ ਹੁੰਦੀ ਹੈ ਸਾਡੀ ਕਾਰਜਪਾਲਿਕਾ ਠੀਕ ਹੈ ਕਾਰਜਪਾਲਿਕਾ ਸਾਡੀ ਮੇਨ ਹੈ ਠੀਕ ਹੈ ਕਾਰਜਪਾਲਿਕਾ ਮੇਨ ਹੈ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਉਸ ਤੋਂ ਬਾਅਦ ਉਹਦਾ ਮੇਨ ਕੇਸ ਨਾਲ ਆਉਂਦਾ ਹੈ ਤਾਂ ਉਸ ਤੋਂ ਬਾਅਦ ਸਾਡਾ ਮੇਨ ਉਹਦਾ ਹੋ ਜਾਂਦਾ ਹੈ ਰਾਸ਼ਟਰਪਤੀ ਦਾ ਠੀਕ ਹੈ ਰਾਸ਼ਟਰਪਤੀ ਦੇ ਅਹੁਦੇ ਤੋਂ ਬਾਅਦ ਆ ਜਾਂਦਾ ਹੈ ਉਪ ਰਾਸ਼ਟਰਪਤੀ ਦਾ ਹੁਣ ਰਾਸ਼ਟਰਪਤੀ ਟੌਪ ਤੇ ਹੈ ਠੀਕ ਹੈ ਹੁਣ ਇਸ ਦੇ ਕੋਲ ਸਾਰਾ ਕੰਮ ਜੋ ਹੈ ਉਹ ਕਿਵੇਂ ਕਰੇਗਾ ਰਾਸ਼ਟਰਪਤੀ ਤਾਂ ਸਾਡੇ ਸੰਵਿਧਾਨ ਦੇ ਵਿੱਚ ਵਿਵਸਥਾ ਕੀਤੀ ਗਈ ਆਰਟੀਕਲ ਕਿਹੜੇ ਥਰੂ ਆਰਟੀਕਲ 74 ਦੇ ਥਰੂ 74 ਆਰਟੀਕਲ ਜਿਸ ਦੇ ਵਿੱਚ ਕੀ ਕਿਹਾ ਗਿਆ ਕਿ ਰਾਸ਼ਟਰਪਤੀ ਦੀ ਸਲਾਹ ਦੇ ਲਈ ਇੱਕ ਮੰਤਰੀ ਪ੍ਰੀਸ਼ਦ ਹੋਵੇਗੀ ਜਿਸ ਦਾ ਕੀ ਇੱਕ ਮੁਖੀਆ ਹੋਵੇਗਾ ਮੁਖੀਆ ਕੌਣ ਹੋਵੇਗਾ ਤਾਂ ਸਾਡਾ ਪ੍ਰਧਾਨ ਮੰਤਰੀ ਸੋ ਇੱਥੇ ਸ਼ਬਦਾਂ ਦੀ ਪ੍ਰਯੋਗ ਕੀਤੀ ਗਈ ਹੈ ਕਿ ਇੱਕ ਮੰਤਰੀ ਪ੍ਰੀਸ਼ਦ ਹੋਵੇਗੀ ਮੰਤਰੀ ਪ੍ਰੀਸ਼ਦ ਦਾ ਕੀ ਅਰਥ ਹੈ ਮੰਤਰੀ ਪ੍ਰੀਸ਼ਦ ਦਾ ਅਰਥ ਹੈ ਕਿ ਮੇਨ ਜੋ ਕਾਉਂਸਲ ਆਫ ਮਿਨਿਸਟਰਸ ਠੀਕ ਹੈ ਕਾਉਂਸਲ ਆਫ ਮਿਨਿਸਟਰਸ ਦੀ ਇੱਥੇ ਗੱਲ ਕੀਤੀ ਗਈ ਹੈ ਮੰਤਰੀ ਪ੍ਰੀਸ਼ਦ ਬਾਰੇ ਠੀਕ ਹੈ ਸੋ ਆਰਟੀਕਲ ਕਿਹੜਾ ਹੈ 74 ਹੁਣ ਕੀ ਹੋਏਗਾ ਪ੍ਰਧਾਨ ਮੰਤਰੀ ਤੋਂ ਹੀ ਸਾਡੀ ਜੋ ਮੇਨ ਮੰਤਰੀ ਪ੍ਰੀਸ਼ਦ ਦੀ ਗੱਲਬਾਤ ਜੋ ਹੈ ਇੱਥੇ ਸ਼ੁਰੂ ਹੁੰਦੀ ਹੈ ਠੀਕ ਹੈ ਸੋ ਇਹ ਕੀ ਹੈ ਕਿ ਪ੍ਰਧਾਨ ਮੰਤਰੀ ਜੋ ਹੈ ਉਹ ਮੁਖੀਆ ਹੈ ਮੇਨ ਠੀਕ ਹੈ ਮੰਤਰੀ ਪ੍ਰੀਸ਼ਦ ਦਾ ਮੁਖੀਆ ਪ੍ਰਧਾਨ ਮੰਤਰੀ ਠੀਕ ਹੈ ਆਰਟੀਕਲ 74 ਉਸਨੇ ਕੀ ਕਰਨਾ ਹੈ ਰਾਸ਼ਟਰਪਤੀ ਨੂੰ ਸਲਾਹ ਦੇਣੀ ਹੈ ਠੀਕ ਹੈ ਸੋ ਰਾਸ਼ਟਰਪਤੀ ਨੂੰ ਸਲਾਹ ਦੇਣੀ ਹੈ ਤਾਂ ਰਾਸ਼ਟਰਪਤੀ ਨੇ ਕੰਮ ਕਰਨਾ ਹੈ ਸੋ ਰਾਸ਼ਟਰਪਤੀ ਨਾ ਮੰਤਰੀ ਦਾ ਗਾਰਡ ਮੁਖੀ ਹੋ ਗਿਆ ਤੇ ਪ੍ਰਧਾਨ ਮੰਤਰੀ ਅਸਲੀ ਕਾਰਜਪਾਲਿਕਾ ਸਲੀ ਮੁਖੀ ਹੋ ਗਿਆ ਠੀਕ ਹੈ ਉਸ ਦੀ ਮਰਜ਼ੀ ਦੇ ਨਾਲ ਰਾਸ਼ਟਰਪਤੀ ਕੰਮ ਕਰੇਗਾ ਹੁਣ ਇਹ ਕਿਹਾ ਕਿਸ ਵਿੱਚ ਗਿਆ ਗਿਆ ਸੀ ਕਿ ਰਾਸ਼ਟਰਪਤੀ ਦੀ ਸਲਾਹ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਦੇ ਨਾਲ ਕੰਮ ਕਰੇਗਾ ਤਾਂ 42ਵਾਂ ਸੰਵਿਧਾਨਕ ਸੰਸ਼ੋਧਨ ਹੋਇਆ ਸੀ 42ਵਾਂ ਸੰਵਿਧਾਨ ਸੰਸ਼ੋਧਨ ਕਦੋਂ ਹੋਇਆ ਸੀ ਤਾਂ 1976 ਦੇ ਵਿੱਚ 1976 ਦੇ ਵਿੱਚ ਹੋਇਆ ਸੀ ਜਿਸ ਦੇ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਪ੍ਰਧਾਨ ਮੰਤਰੀ ਪ੍ਰੀਸ਼ਦ ਦੀ ਸਲਾਹ ਦੇ ਨਾਲ ਕੰਮ ਕਰੇਗਾ ਠੀਕ ਹੈ ਸੋ ਸਲਾਹ ਦੇ ਨਾਲ ਕੰਮ ਕਰੇਗਾ ਉਸ ਤੋਂ ਬਾਅਦ ਇੱਕ ਹੋਰ ਸੰਵਿਧਾਨਕ ਸੋਧਨ ਹੋਇਆ ਉਹ ਹੋਇਆ 44ਵਾਂ ਕਦੋਂ ਹੋਇਆ 1978 ਦੇ ਵਿੱਚ ਠੀਕ ਹੈ ਹੁਣ ਇਸ ਦੇ ਵਿੱਚ ਕੀ ਕੀਤਾ ਗਿਆ ਕਿ ਇਸ ਦੇ ਵਿੱਚ ਕੀ ਕੀਤਾ ਗਿਆ ਕਿ ਜੋ ਸਲਾਹ ਦੇਣੀ ਹੈ ਨਾ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੂੰ ਉਹ ਰਾਸ਼ਟਰਪਤੀ ਕੀ ਕਰ ਸਕਦਾ ਹੈ ਸੰਵਿਧਾਨਕ ਸੋਧ ਦੇ ਨਾਲ ਜੋ ਸਲਾਹ ਹੈ ਨਾ ਉਹਨੂੰ ਪੁਨਰ ਵਿਚਾਰ ਲਈ ਵਾਪਸ ਵੀ ਭੇਜ ਸਕਦਾ ਹੈ ਸੋ ਇਹ ਇਸ ਦੇ ਵਿੱਚ ਪ੍ਰਾਵਧਾਨ ਜੋ ਹੈ ਉਹ ਰੱਖਿਆ ਗਿਆ ਸੀ ਠੀਕ ਹੈ ਸੋ ਹੁਣ ਕੀ ਹੋਣਾ ਹੈ ਹੁਣ ਆਰਟੀਕਲ 74 ਤੋਂ ਬਾਅਦ ਸਾਡੇ ਕੋਲ ਆਰਟੀਕਲ ਆਏਗਾ 75 75 ਆਰਟੀਕਲ ਦੇ ਵਿੱਚ ਕੀ ਹੋਣਾ ਹੈ ਇਸ ਦੇ ਵਿੱਚ ਮੰਤਰੀਆਂ ਦੀ ਨੀਤੀ ਹੋਣੀ ਹੈ ਰਾਸ਼ਟਰਪਤੀ ਦੇ ਦੁਆਰਾ ਹੋਣੀ ਹੈ ਤੇ ਇਸ ਦੇ ਨਾਲ ਰਾਸ਼ਟਰਪਤੀ ਦੁਆਰਾ ਲੋਕ ਸਭਾ ਦੇ ਵਿੱਚ ਬਹੁਮਤ ਦਲ ਦੇ ਨੇਤਾ ਨੂੰ ਹੀ ਕੀ ਚੁਣਿਆ ਜਾਣਾ ਹੈ ਪ੍ਰਧਾਨ ਮੰਤਰੀ ਸੋ ਨਿਯੁਕਤੀ ਕਹਨੇ ਕਰਨੀ ਹੈ ਪ੍ਰਧਾਨ ਮੰਤਰੀ ਦੀ ਰਾਸ਼ਟਰਪਤੀ ਨੇ ਸੌ ਵੀ ਕਹਨੇ ਚਕਾਉਣੀ ਹੈ ਰਾਸ਼ਟਰਪਤੀ ਨੇ ਠੀਕ ਹੈ ਸੋ ਹੁਣ ਇੱਥੋਂ ਅਸੀਂ ਸਮਝਾਂਗੇ ਹੁਣ ਸਾਡਾ ਮੰਤਰੀ ਪਰਿਸ਼ਦ ਦਾ ਮੇਨ ਜੋ ਧੁਰੀ ਜੋ ਹੁੰਦੀ ਹੈ ਮੇਨ ਇੱਥੋਂ ਸਟਾਰਟ ਹੁੰਦੀ ਹੈ ਸੋ ਪ੍ਰਧਾਨ ਮੰਤਰੀ ਹੈ ਇਸ ਨੂੰ ਅਸੀਂ ਇੱਕ ਨੰਬਰ ਦੇ ਦਿੰਦੇ ਹਾਂ ਠੀਕ ਹੈ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਤੋਂ ਬਾਅਦ ਜਿਹੜੇ ਹੋਰ ਵੀ ਮੰਤਰੀ ਹੁੰਦੇ ਹਨ ਠੀਕ ਹੈ ਉਹਨਾਂ ਦੀ ਨਿਯੁਕਤੀ ਹੁਣ ਰਾਸ਼ਟਰਪਤੀ ਦੀ ਸਲਾਹ ਦੇ ਲਈ ਪ੍ਰਧਾਨ ਮੰਤਰੀ ਦੀ ਨਿਯੁਕਤੀ ਹੋਈ ਹੁਣ ਪ੍ਰਧਾਨ ਮੰਤਰੀ ਨੂੰ ਵੀ ਤਾਂ ਕਿਸੇ ਨਾ ਕਿਸੇ ਦੀ ਹੈਲਪ ਚਾਹੀਦੀ ਹੈ ਨਾ ਸੋ ਉਸ ਤੋਂ ਬਾਅਦ ਮੰਤਰੀ ਕਿੰਨੇ ਹੁੰਦੇ ਹਨ ਠੀਕ ਹੈ ਉਸ ਨੂੰ ਸਲਾਹ ਦੇਣ ਵਾਲੇ ਉਸ ਨਾਲ ਇੱਕਜੁੱਟ ਹੋ ਕੇ ਕੰਮ ਕਰਨ ਵਾਲੇ ਸੋ ਇਹ ਸਾਰੇ ਜੋ ਹੁੰਦੇ ਹਨ ਇਹ ਇੱਕ ਜੋ ਹੁੰਦੇ ਹਨ ਦਲ ਦੀ ਤਰ੍ਹਾਂ ਕੰਮ ਕਰਦੇ ਹਨ ਠੀਕ ਹੈ ਸੋ ਲੋਕ ਸਭਾ ਦੇ ਵਿੱਚ ਬਹੁਮਤ ਪ੍ਰਾਪਤ ਦਲ ਦਾ ਨੇਤਾ ਤਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਠੀਕ ਹੈ ਰਾਸ਼ਟਰਪਤੀ ਨੇ ਚੁਣ ਲਿਆ ਹੁਣ ਉਸ ਦੇ ਵਿੱਚ ਕੀ ਹੋਣਾ ਹੈ ਹੁਣ ਪ੍ਰਧਾਨ ਮੰਤਰੀ ਤੋਂ ਬਾਅਦ ਮੇਨ ਮੈਂਬਰ ਆਉਣੇ ਹਨ ਥੱਲੇ ਦਰਜੇ ਦੇ ਸਭ ਤੋਂ ਟਾਪ ਹੁੰਦੇ ਆਨੇ ਪ੍ਰਧਾਨ ਮੰਤਰੀ ਦੇ ਨਾਲ ਤੇ ਇਹਨਾਂ ਨੂੰ ਆਪਾਂ ਕਹਿੰਨੇ ਕੀ ਆ ਕੈਬਨਟ ਕੈਬਿਨੇਟ ਦੇ ਮੰਤਰੀ ਇਹਨਾਂ ਨੂੰ ਕਹਿ ਦਿੰਦੇ ਹਨ ਜਿਵੇਂ ਸਾਡੇ ਕੈਬਿਨੇਟ ਦੇ ਮੰਤਰੀ ਮੀਟਿੰਗਾਂ ਰੱਖਦੇ ਹਨ ਉਹਨਾਂ ਨੂੰ ਵਿਭਾਗ ਵੰਡੇ ਜਾਂਦੇ ਹਨ ਵਿੱਤ ਮੰਤਰੀ ਗ੍ਰਹਿ ਮੰਤਰੀ ਠੀਕ ਹੈ ਸੋ ਉਹਨਾਂ ਨੂੰ ਦਿੱਤੇ ਜਾਂਦੇ ਹਨ ਹੋਰ ਵੀ ਮੰਤਰਾਲੇ ਜਿਵੇਂ ਇੰਪੋਰਟੈਂਟ ਦਿੱਤੇ ਜਾਂਦੇ ਹਨ ਰੱਖਿਆ ਮੰਤਰੀ ਹੋ ਗਏ ਠੀਕ ਹੈ ਵਿਦੇਸ਼ ਮੰਤਰੀ ਹੋ ਗਏ ਇਹ ਸਾਰੇ ਕੈਬਿਨੇਟ ਆ ਇਹ ਕੈਬਿਨੇਟ ਉਪਦਰਜ ਦੇ ਸੀਨੀਅਰ ਮਿਨਿਸਟਰਸ ਠੀਕ ਹੈ ਇਹਨਾਂ ਦੀ ਗਿਣਤੀ ਜੋ ਹੁੰਦੀ ਹੈ ਉਹ ਘੱਟ ਹੁੰਦੀ ਹੈ ਸੀਨੀਅਰ ਮਿਨਿਸਟਰ ਹੁੰਦੇ ਹਨ ਠੀਕ ਹੈ ਇਹ ਠੀਕ ਹੈ ਸੋ ਇਹ ਇਹਨਾਂ ਨੂੰ ਆਪਾਂ ਨੰਬਰ 2 ਦੇ ਦਿੰਦੇ ਹਾਂ ਕਿ ਇਹਨਾਂ ਨੂੰ ਕੈਬਨਿਟ ਮੰਤਰੀ ਮੰਤਰੀ ਮੰਡਲ ਦੇ ਮੰਤਰੀਆਂ ਨੂੰ ਹੁਣ ਤੀਜੇ ਨੰਬਰ ਤੇ ਆ ਜਾਂਦੇ ਹਨ ਸਾਡੇ ਰਾਜ ਮੰਤਰੀ ਇਹਨਾਂ ਨੂੰ ਵੀ ਸਮਝਾਂਗੇ ਪਰ ਪਹਿਲਾਂ ਅਸੀਂ ਮੰਤਰੀ ਪ੍ਰੀਸ਼ਾ ਦਾ ਕਨਸੈਪਟ ਕਲੀਅਰ ਕਰਦੇ ਹਾਂ ਰਾਜ ਮੰਤਰੀ ਤੇ ਉਪ ਮੰਤਰੀਆਂ ਨੂੰ ਅਸੀਂ ਨੰਬਰ 4 ਦੇ ਦਿੰਦੇ ਹਾਂ ਠੀਕ ਹੈ ਸੋ ਇਹਨਾਂ ਵਿੱਚ ਆਪਾਂ ਕਿੰਨੇ ਤਰ੍ਹਾਂ ਦੇ ਮੰਤਰੀ ਕਿਤੇ ਚਾਰ ਤਰ੍ਹਾਂ ਦੇ ਮੇਨ ਕਿਤੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਆ ਗਿਆ ਕੈਬਨਿਟ ਮੰਤਰੀ ਠੀਕ ਹੈ ਸੀਨੀਅਰ ਮਿਨਿਸਟਰਸ ਆ ਗਏ ਰਾਜ ਮੰਤਰੀ ਆ ਗਏ ਤੇ ਉਪ ਮੰਤਰੀ ਆ ਗਏ ਹੁਣ ਇਹਨਾਂ ਚਾਰਾਂ ਨੂੰ ਅਸੀਂ ਮਿਲਾ ਕੇ ਜੋ ਸੰਸਥਾ ਦੇਖਾਂਗੇ ਸਾਰੇ ਮੰਤਰੀਆਂ ਨੂੰ ਮਿਲਾ ਕੇ ਜੋ ਮੇਨ ਆਪਾਂ ਚਾਰਾ ਕੀਤੇ ਸਾਰਿਆਂ ਨੂੰ ਮਿਲਾ ਕੇ ਜੋ ਬਣਦਾ ਹੈ ਨਾ ਉਹ ਮੰਤਰੀ ਪਰਿਸ਼ਦ ਸੰਸਥਾ ਸਾਡੇ ਸਾਹਮਣੇ ਆਉਂਦੀ ਹੈ ਕੀ ਹੁੰਦੀ ਹੈ ਇਸ ਨੂੰ ਆਪਾਂ ਚਾਰਾ ਨੂੰ ਕੀ ਕਹਿੰਦੇ ਹਾਂ ਮੰਤਰੀ ਪਰਿਸ਼ਦ ਇਸ ਨੂੰ ਇਸ ਨੂੰ ਇਸ ਨੂੰ ਤੇ ਇਸ ਨੂੰ ਪ੍ਰਧਾਨ ਮੰਤਰੀ ਕੈਬਨਿਟ ਮੰਤਰੀ ਰਾਜ ਮੰਤਰੀ ਉਪ ਮੰਤਰੀ ਜੋ ਹੁੰਦੇ ਹਨ ਇਹਨਾਂ ਨੂੰ ਮਿਲਾ ਕੇ ਕੀ ਬਣ ਗਿਆ ਮੰਤਰੀ ਪਰਿਸ਼ਦ ਠੀਕ ਹੈ ਇੱਥੇ ਪ੍ਰਧਾਨ ਮੰਤਰੀ ਹੈ ਉਸ ਤੋਂ ਬਾਅਦ ਸਾਡੇ ਕੋਲ ਕੈਬਨਿਟ ਆ ਗਈ ਉਸ ਤੋਂ ਬਾਅਦ ਰਾਜ ਮੰਤਰੀ ਆਗੇ ਤੇ ਉਪ ਮੰਤਰੀ ਆਗੇ ਇਹ ਸਾਰਾ ਜੋ ਇੰਨਾ ਵੱਡਾ ਘੇਰਾ ਬਣਦਾ ਹੈ ਇਹ ਕਿਹਦਾ ਬਣਦਾ ਹੈ ਤਾਂ ਇਹ ਮੰਤਰੀ ਪ੍ਰੀਸ਼ਦ ਦਾ ਬਣਦਾ ਹੈ ਠੀਕ ਹੈ ਹੁਣ ਜੇਕਰ ਅਸੀਂ ਮੰਤਰੀ ਮੰਡਲ ਦੀ ਗੱਲ ਕਰੀਏ ਮੰਤਰੀ ਮੰਡਲ ਕੀ ਹੈ ਮੰਤਰੀ ਪ੍ਰੀਸ਼ਦ ਅਸੀਂ ਸਮਝ ਗਏ ਕਿ ਇਸ ਦੇ ਵਿੱਚ ਸਾਰੇ ਮੰਤਰੀ ਆਉਂਦੇ ਹਨ ਠੀਕ ਹੈ ਤੇ ਹੁਣ ਅਸੀਂ ਮੰਤਰੀ ਮੰਡਲ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਇੰਪੋਰਟੈਂਸ ਬਹੁਤ ਜ਼ਿਆਦਾ ਮਹੱਤਵਪੂਰਨ ਕੰਮ ਜੋ ਕੀਤੇ ਜਾਂਦੇ ਹਨ ਉਹ ਮੇਨਲੀ ਮੰਤਰੀ ਮੰਡਲ ਦੇ ਦੁਆਰਾ ਹੁੰਦੇ ਹਨ ਹਾਲਾਂਕਿ ਗਿਣਤੀ ਜੋ ਹੁੰਦੀ ਹੈ ਮੰਤਰੀ ਪ੍ਰੀਸ਼ਦ ਦੀ ਹੁੰਦੀ ਹੈ ਆਕਾਰ ਮੰਤਰੀ ਪ੍ਰੀਸ਼ਦ ਦਾ ਸਭ ਤੋਂ ਵੱਡਾ ਹੈ ਮੰਤਰੀ ਮੰਡਲ ਦਾ ਆਕਾਰ ਛੋਟਾ ਹੈ ਸੋ ਮੰਤਰੀ ਮੰਡਲ ਦਾ ਆਕਾਰ ਛੋਟਾ ਹੈ ਤਾਂ ਭਾਵ ਇਸ ਦੇ ਵਿੱਚ ਕੁਝ ਖਾਸ ਕੁਝ ਹੋਏਗਾ ਮੰਤਰੀ ਠੀਕ ਹੈ ਜੋ ਇਸ ਦੇ ਵਿੱਚ ਆਪਾਂ ਕਰਾਂਗੇ ਜੋ ਮੰਤਰੀ ਮੰਡਲ ਹੈ ਉਸ ਦੇ ਵਿੱਚ ਸਿਰਫ ਪ੍ਰਧਾਨ ਮੰਤਰੀ ਤੇ ਕੈਬਨਿਟ ਦੇ ਮੰਤਰੀ ਜੋ ਸਾਡੀ ਕੈਬਨਿਟ ਹੈ ਮੰਤਰੀ ਮੰਡਲ ਦੇ ਬਸ ਇਹਨਾਂ ਦੋਨਾਂ ਨੂੰ ਮਿਲਾ ਕੇ ਜੋ ਬਣੂਗਾ ਨਾ ਜੋ ਸੰਸਥਾ ਬਣੇਗੀ ਉਹੀ ਮੰਤਰੀ ਮੰਡਲ ਹੈ ਜਿਵੇਂ ਅਸੀਂ ਮંત્રી ਪਰਿਸ਼ਦ ਦੇ ਵਿੱਚ ਇਹਨਾਂ ਸਾਰਿਆਂ ਨੂੰ ਮਿਲਾਉਂਦੇ ਹਾਂ ਤਾਂ ਮੰਤਰੀ ਪਰਿਸ਼ਦ ਬਣਦੀ ਹੈ ਜੇਕਰ ਅਸੀਂ ਇਸ ਦੇ ਵਿੱਚੋਂ ਛੋਟਾ ਜਿਹਾ ਪਾਰਟ ਆਪਣਾ ਇੱਕ ਕੈਬਨਿਟ ਦਾ ਤੇ ਪ੍ਰਧਾਨ ਮੰਤਰੀ ਦਾ ਚੂਜ਼ ਕਰ ਲੈਨੇ ਆ ਤਾਂ ਸਾਡਾ ਬਣ ਜਾਏਗਾ ਮੰਤਰੀ ਮੰਡਲ ਹੁਣ ਮੰਤਰੀ ਮੰਡਲ ਦੀ ਆਪਾਂ ਗਿਣਤੀਆਂ ਦੀ ਗੱਲ ਕੀਤੀ ਗਿਣਤੀ ਇਹਨਾਂ ਦੀ ਤਕਰੀਬਨ ਕਿੰਨੀ ਹੋਏਗੀ ਤਾਂ 15-20 ਦੇ ਕਰੀਬ ਜੋ ਹੈ ਐਗਜ਼ੈਕਟ ਨਹੀਂ 15-20 ਦੇ ਕਰੀਬ ਜੋ ਮੰਤਰੀ ਮੰਡਲ ਦੇ ਮੈਂਬਰ ਮੈਂਬਰ ਹੁੰਦੇ ਹਨ ਠੀਕ ਹੈ ਦਾ ਉਹਨਾਂ ਦੀ ਗਿਣਤੀ ਹੁੰਦੀ ਹੈ ਤੇ ਜਿਹੜੇ ਮੰਤਰੀ ਪ੍ਰੀਸ਼ਦ ਦੇ ਮੈਂਬਰ ਹੁੰਦੇ ਹਨ ਉਹਨਾਂ ਦਾ 75 80 ਤੱਕ ਜੋ ਉਹਨਾਂ ਦੀ ਗਿਣਤੀ ਚੱਲ ਜਾਂਦੀ ਹੈ ਸੋ ਮੇਨਲੀ ਇਹ ਇਹਨਾਂ ਦੀ ਗਿਣਤੀ ਦੇ ਨਾਲ ਰਿਲੇਟਡ ਹੈ ਕਿ ਕਹਿਣ ਦਾ ਭਾਵ ਇਹ ਹੈ ਕਿ ਜੋ ਮੰਤਰੀ ਮੰਡਲ ਹੈ ਉਸ ਦਾ ਆਕਾਰ ਛੋਟਾ ਤੇ ਮੰਤਰੀ ਪ੍ਰੀਸ਼ਦ ਦਾ ਵਰਡ ਆਉਂਦਾ ਹੈ ਸੋ ਆਈ ਹੋਪ ਤੁਸੀਂ ਇਸ ਦੇ ਵਿੱਚ ਡਿਫਰੈਂਸ ਸਮਝ ਗਏ ਹੋਵੋਗੇ ਸੋ ਹਾਂ ਕੈਬਨਿਟ ਮੰਤਰੀ ਅਸੀਂ ਗੱਲ ਕੀਤੀ ਸੀ ਕੈਬਨਿਟ ਮੰਤਰੀ ਜਿਹੁੰਦੀਆਂ ਨਾ ਬਹੁਤ ਜ਼ਿਆਦਾ ਮੇਨ ਹੁੰਦੇ ਹਨ ਠੀਕ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਇੰਪੋਰਟੈਂਟ ਜੋ ਵਿਭਾਗ ਦਿੱਤੇ ਗਏ ਹਨ ਜਿਵੇਂ ਅਸੀਂ ਸਮਝ ਵੀ ਸਕਦੇ ਹਾਂਗੇ ਇਹਨਾਂ ਦੇ ਇਸ ਤੰਤਰ ਆਪਣੇ ਵਿਭਾਗਾਂ ਦੇ ਮੁਖੀ ਹੁੰਦੇ ਹਨ ਠੀਕ ਹੈ ਰੱਖਿਆ ਮੰਤਰੀ ਹੈ ਵਿਦੇਸ਼ ਮੰਤਰੀ ਵਿੱਤ ਮੰਤਰਾਲੇ ਦੇ ਦਿੱਤੇ ਜਾਂਦੇ ਹਨ ਠੀਕ ਹੈ ਗ੍ਰਹਿ ਮੰਤਰੀ ਹੈ ਠੀਕ ਹੈ ਇਹ ਸਾਰੇ ਤੇ ਇਸ ਤੋਂ ਬਾਅਦ ਵੀ ਸਤੰਤਰ ਮੰਤਰੀ ਆਉਂਦੇ ਹਨ ਕਿ ਇਸ ਦੇ ਵਿੱਚ ਆਉਂਦੇ ਹਨ ਸੋ ਉਹ ਰਾਜ ਮੰਤਰੀ ਵਿੱਚ ਆਉਂਦੇ ਹਨ ਇਹਨਾਂ ਨੂੰ ਵੀ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਇਹਨਾਂ ਨੂੰ ਕੁਝ ਸਤੰਤਰ ਵਿਭਾਗ ਦੇ ਦਿੱਤੇ ਜਾਂਦੇ ਹਨ ਠੀਕ ਹੈ ਤੇ ਕੁਝ ਕੁ ਜੋ ਮੰਤਰੀ ਹੁੰਦੇ ਹਨ ਉਹਨਾਂ ਨੂੰ ਜੋ ਕੈਬਨਿਟ ਮੰਤਰੀਆਂ ਦੀ ਸਹਾਇਤਾ ਲਈ ਕੋਈ ਵੀ ਕੰਮ ਦੇ ਦਿੱਤਾ ਜਾਂਦਾ ਹੈ ਕਾਰ ਜੋ ਜੋ ਸੰਭਾਲ ਸਕਦੇ ਹਨ ਠੀਕ ਹੈ ਸੋ ਰਾਜ ਮੰਤਰੀਆਂ ਨੂੰ ਵੀ ਦੋ ਭਾਗਾਂ ਦੇ ਵਿੱਚ ਜੋ ਹੈ ਕੰਮ ਦਿੱਤਾ ਜਾਂਦਾ ਹੈ ਸਤੰਤਰ ਵਿਭਾਗ ਵੀ ਦੇ ਦਿੱਤੇ ਜਾਂਦੇ ਹਨ ਤੇ ਸਹਾਇਤਾ ਲਈ ਵੀ ਕੁਝ ਰਾਜ ਮੰਤਰੀ ਹੁੰਦੇ ਹਨ ਠੀਕ ਹੈ ਸੋ ਉਸ ਤੋਂ ਬਾਅਦ ਉਪ ਮੰਤਰੀ ਹੁੰਦੇ ਹਨ ਜਿਨ੍ਹਾਂ ਨੇ ਕੈਬਨਿਟ ਮੰਤਰੀਆਂ ਨੂੰ ਵੀ ਜੋ ਹੈ ਹੈਲਪ ਦੇਣੀ ਹੁੰਦੀ ਹੈ ਤੇ ਰਾਜ ਮੰਤਰੀਆਂ ਨੂੰ ਵੀ ਅੱਗੇ ਹੈਲਪ ਦੇਣੀ ਹੁੰਦੀ ਹੈ ਸੋ ਠੀਕ ਹੈ ਇਹ ਸੀ ਇੰਪੋਰਟੈਂਟ ਵੇ ਦੇ ਨਾਲ ਤੇ ਹੁਣ ਅਸੀਂ ਗੱਲ ਕਰਦੇ ਹਾਂ ਬੈਠਕਾਂ ਦੀ ਠੀਕ ਹੈ ਬੈਠਕਾਂ ਦੀ ਗੱਲ ਕਰੀਏ ਅਸੀਂ ਜੇਕਰ ਜੋ ਬੈਠਕਾਂ ਹੁੰਦੀਆਂ ਹਨ ਨਾ ਮੇਨ ਉਸ ਦੇ ਵਿੱਚ ਸਿਰਫ ਉਸ ਦੇ ਵਿੱਚ ਸਿਰਫ ਪ੍ਰਧਾਨ ਮੰਤਰੀ ਮੇਨ ਹੈ ਠੀਕ ਹੈ ਤੇ ਮੰਤਰੀ ਮੰਡਲ ਦੇ ਮੰਤਰੀ ਕੈਬਨਿਟ ਮੇਨ ਹੈ ਇਨਾਂ ਨੂੰ ਕੋਈ ਸੱਦਾ ਪੱਤਰ ਨਹੀਂ ਇਹਨਾਂ ਨੇ ਜਦੋਂ ਜੋ ਹੈ ਮੇਨ ਨਿਰਣਾ ਲੈਣਾ ਹੈ ਤਾਂ ਇਹਨਾਂ ਦੋਨਾਂ ਨੇ ਮਿਲ ਕੇ ਲੈਣਾ ਹੈ ਬੈਠਕ ਕਰਨੀ ਹੈ ਜੋ ਠੀਕ ਹੈ ਉਸ ਦੇ ਵਿੱਚ ਰਾਜ ਮੰਤਰੀ ਨਹੀਂ ਹੁੰਦੇ ਆਪਣੀ ਮਰਜ਼ੀ ਦੇ ਨਾਲ ਰਾਜ ਮੰਤਰੀ ਬੈਠਕਾਂ ਦੇ ਵਿੱਚ ਨਹੀਂ ਬਹਿ ਸਕਦੇ ਜੇਕਰ ਉਹਨਾਂ ਨੂੰ ਇਨਵੀਟੇਸ਼ਨ ਆਏਗਾ ਠੀਕ ਹੈ ਫਿਰ ਉਹ ਥੱਲੇ ਦਰਜੇ ਦੇ ਜੋ ਬਾਕੀ ਮੰਤਰੀ ਹੋਣਗੇ ਉਹ ਸ਼ਾਮਿਲ ਹੋਣਗੇ ਨਹੀਂ ਤਾਂ ਜੋ ਮੇਨ ਹੋਏਗੇ ਉਹ ਹੋਣਗੇ ਸਾਡੇ ਮੰਤਰੀ ਮੰਡਲ ਦੇ ਹੀ ਮੰਤਰੀ ਠੀਕ ਹੈ ਸੋ ਜਿਨ੍ਹਾਂ ਦਾ ਪ੍ਰਧਾਨ ਕੌਣ ਹੋਏਗਾ ਪ੍ਰਧਾਨ ਮੰਤਰੀ ਠੀਕ ਹੈ ਸੂਚ ਸੰਗੀ ਮੰਤਰੀ ਮੰਡਲ ਦੀ ਮੀਟਿੰਗ ਦਾ ਸਭਾਪਤੀ ਵੀ ਜੋ ਸਾਡਾ ਕੌਣ ਹੁੰਦਾ ਹੈ ਤਾਂ ਪ੍ਰਧਾਨ ਮੰਤਰੀ ਹੁੰਦਾ ਹੈ ਯੋਜਨਾ ਆਯੋਗ ਦਾ ਮੁਖੀ ਦੀ ਗੱਲ ਕਰੀਏ ਤਾਂ ਉਹ ਵੀ ਸਾਡਾ ਕੌਣ ਹੁੰਦਾ ਹੈ ਪ੍ਰਧਾਨ ਮੰਤਰੀ ਹੁੰਦਾ ਹੈ ਠੀਕ ਹੈ ਸੋ ਇਹ ਸੀ ਇੰਪੋਰਟੈਂਟ ਵੀ ਦੇ ਨਾਲ ਜੋ ਅਸੀਂ ਕੀਤੇ ਹੁਣ ਅਸੀਂ ਮੰਤਰੀ ਮੰਡਲ ਤੇ ਮੰਤਰੀ ਪ੍ਰੀਸ਼ਦ ਦੇ ਵਿਚਾਈ ਹੋਪ ਫਰਕ ਸਮਝ ਗਏ ਹੋਵਾਂਗੇ ਹੁਣ ਅਸੀਂ ਕੁਝ 10 ਕੁਐਸਚਨ ਦਾ ਟੈਸਟ ਜੋ ਹੈ ਉਸ ਨੂੰ ਇੰਪੋਰਟੈਂਟ ਵੀ ਦੇ ਨਾਲ ਕਰਾਂਗੇ ਜਿਸ ਦੇ ਵਿੱਚ ਸਾਰੇ ਜੋ ਮੇਨ ਕਨਸੈਪਟ ਰਹਿ ਗਏ ਹਨ ਨਾ ਇਸ ਦੇ ਵਿੱਚ ਜੋ ਮੇਨ ਇੰਪੋਰਟੈਂਟ ਫੈਕਟ ਹਨ ਮੰਤਰੀ ਪ੍ਰੀਸ਼ਦ ਦੇ ਨਾਲ ਰਿਲੇਟਡ ਉਹ ਸਾਰੇ ਕਵਰ ਹੋ ਜਾਣਗੇ ਸੋ ਗੱਲ ਕਰਦੇ ਆ ਪਹਿਲਾ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਕਥਨ ਕਿਹੜਾ ਸਹੀ ਨਹੀਂ ਹੈ ਅਸੀਂ ਦੇਖਣਾ ਹੈ ਇਸ ਦੇ ਵਿੱਚ ਸਭ ਤੋਂ ਪਹਿਲਾ ਕਥਨ ਹੈ ਅਨੁਸ਼ੇਦ 74 ਮੰਤਰੀ ਪ੍ਰੀਸ਼ਦ ਦੇ ਨਾਲ ਸੰਬੰਧਿਤ ਹੈ ਮੰਤਰੀ ਪ੍ਰੀਸ਼ਦ ਦਾ ਮੁੱਖ ਪ੍ਰਧਾਨ ਮੰਤਰੀ ਜੋ ਹੁੰਦਾ ਹੈ ਠੀਕ ਹੈ ਪਰ ਮੁੱਖ ਕੌਣ ਹੁੰਦਾ ਹੈ ਪ੍ਰਧਾਨ ਮੰਤਰੀ ਭਾਰਤ ਦੀ ਰਾਜਨੀਤੀ ਕਿਤੇ ਪ੍ਰਸ਼ਾਸਨਿਕ ਵਿਵਸਥਾ ਦਾ ਪ੍ਰਮੁੱਖ ਕੌਣ ਹੁੰਦਾ ਹੈ ਪ੍ਰਮੁੱਖ ਪ੍ਰਧਾਨ ਮੰਤਰੀ ਪ੍ਰੀਸ਼ਦ ਠੀਕ ਹੈ ਸੋ ਅਨੁਸ਼ੇਦ 75 ਸਿਰਫ ਮੰਤਰੀਆਂ ਦੀ ਨਿਯੁਕਤੀ ਨਾਲ ਸੰਬੰਧਿਤ ਹੈ ਸੋ ਇਹ ਕੋਜ ਇੰਪੋਰਟੈਂਟ ਕੁਐਸਚਨ ਜੋ ਤੁਸੀਂ ਦੇਖ ਸਕਦੇ ਹੋ ਇਸ ਦਾ ਤੁਸੀਂ ਰਾਈਟ ਆਨਸਰ ਕਰਨਾ ਹੈ ਇਸ ਦਾ ਰਾਈਟ ਆਨਸਰ ਕੀ ਹੋਏਗਾ ਪਹਿਲੇ ਦਾ ਜੋ ਇਸ ਦੇ ਵਿੱਚੋਂ ਤੁਸੀਂ ਚੁਣਨਾ ਹੈ ਕਿਹੜਾ ਕਥਨ ਸਹੀ ਨਹੀਂ ਹੈ ਠੀਕ ਹੈ ਸਹੀ ਨਹੀਂ ਹੈ ਕਥਨ ਚੁਣਨਾ ਹੈ ਸੋ ਇਸ ਦੇ ਵਿੱਚ ਜੋ ਨਹੀਂ অপਸ਼ਨ ਹੈ ਗਲਤ ਹੈ অপਸ਼ਨ ও ਹੈ ਆਰਟੀਕਲ 75 ਸਿਰਫ ਮੰਤਰੀਆਂ ਦੀ ਨਿਯੁਕਤੀ ਨਾਲ ਸੰਬੰਧਿਤ ਹੈ ਸੋ ਇਹ ਚੀਜ਼ ਜੋ ਹੈ ਉਹ ਗਲਤ ਹੈ ਕਿਉਂਕਿ ਜੋ ਆਰਟੀਕਲ 75 ਹੈ ਨਾ ਉਹ ਆਰਟੀਕਲ 75 ਹੈ ਉਹ ਮੰਤਰੀਆਂ ਦੀ ਨਿਯੁਕਤੀ ਨਾਲ ਵੀ ਸੰਬੰਧਿਤ ਹੈ ਤੇ ਉਹਨਾਂ ਦੇ ਕਾਰਜਕਾਲ ਦੇ ਨਾਲ ਵੀ ਸੰਬੰਧਿਤ ਹੈ ਪਲੱਸ ਉਹਨਾਂ ਦੇ ਕੰਮਾਂ ਦੇ ਨਾਲ ਉਹਨਾਂ ਦੇ ਵੇਤਨ ਦੇ ਨਾਲ ਵੀ ਸੰਬੰਧਿਤ ਹੈ ਸੂ ਬਾਕੀ ਸਾਰੇ ਜੋ ਹਨ ਫੈਕਟ ਸਹੀ ਹਨ ਅਨੁਸ਼ੇਦ 74 ਮੰਤਰੀ ਪਰਿਸ਼ਦ ਦੇ ਨਾਲ ਸੰਬੰਧਿਤ ਹੈ ਠੀਕ ਹੈ ਉਸ ਦੇ ਨਾਲ ਹੀ ਮੰਤਰੀ ਪਰਿਸ਼ਦ ਦਾ ਪ੍ਰਮੁੱਖ ਕੌਣ ਹੋਏਗਾ ਪ੍ਰਧਾਨ ਮੰਤਰੀ ਹੋਏਗਾ ਭਾਰਤ ਦੀ ਰਾਜਨੀਤਿਕ ਤੇ ਪ੍ਰਸ਼ਾਸਨਿਕ ਵਿਵਸਥਾ ਦਾ ਪ੍ਰਮੁੱਖ ਵੀ ਕੌਣ ਹੋਏਗਾ ਜੋ ਮੰਤਰੀ ਪਰਿਸ਼ਦ ਹੋਏਗੀ ਠੀਕ ਹੈ ਸੋ ਇਸ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਕਿ ਆਰਟੀਕਲ 75 ਸਿਰਫ ਮੰਤਰੀਆਂ ਦੀ ਨਿਯੁਕਤੀ ਜੋ ਹੈ ਉਸ ਦੇ ਨਾਲ ਸੰਬੰਧਿਤ ਨਹੀਂ ਹੈ ਉਹਨਾਂ ਦੇ ਕੰਮਾਂ ਉਹਨਾਂ ਦੇ ਕਾਰਜਕਾਲ ਉਹਨਾਂ ਦੇ ਸੌ ਵੇਤਨ ਸਾਰਿਆਂ ਦੇ ਨਾਲ ਹੀ ਆਰਟੀਕਲ ਜੋ ਹੈ 75 ਦੇ ਵਿੱਚ ਸ਼ਾਮਿਲ ਜੋ ਹੈ ਇਹ ਗੱਲਾਂ ਕੀਤੀਆਂ ਗਈਆਂ ਹਨ ਕਵੈਸਚਨ ਨੰਬਰ 2 ਹੈ ਅਗੇ ਕਿਹੜਾ ਕਥਨ ਸਹੀ ਨਹੀਂ ਹੈ ਇਸ ਦੇ ਵਿੱਚ ਵੀ ਤੁਸੀਂ ਜੋ ਹੈ ਦੇਖਣਾ ਹੈ ਕਿਹੜਾ ਸਹੀ ਨਹੀਂ ਹੈ ਇਸ ਤਰ੍ਹਾਂ ਦੇ ਕਵੈਸਚਨ ਦੇ ਨਾਲ ਤੁਹਾਨੂੰ ਜ਼ਿਆਦਾ ਫੈਕਟਿਕ ਕਵੈਸਚਨ ਦੇ ਵਿੱਚ ਹੀ ਜੋ ਹਨ ਜੋ ਹੈ ਨੌਲੇਜ ਮਿਲ ਜਾਏਗੀ ਸੋ ਇਸ ਲਈ ਮੈਂ ਇਸ ਤਰ੍ਹਾਂ ਦੇ ਕਵੈਸਚਨ ਇਸ ਵੀਡੀਓ ਦੇ ਵਿੱਚ ਐਡ ਕੀਤੇ ਹਨ ਸੋ ਸਭ ਤੋਂ ਪਹਿਲਾਂ ਹੈ ਕਿਹੜਾ ਅਸੀਂ ਨਹੀਂ ਸਹੀ ਜਿਹੜਾ ਹੈ ਉਹ ਚੁਣਨਾ ਹੈ ਸਭ ਤੋਂ ਪਹਿਲਾਂ ਹੈ ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਕਰੇਗਾ ਠੀਕ ਹੈ ਸੋ ਤੁਸੀਂ ਆਨਸਰ ਕਰਨਾ ਹੈ ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਕਰੇਗਾ ਕੀ ਇਹ ਕਥਨ ਸਹੀ ਹੈ ਨੈਕਸਟ ਹੈ ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਦੀ ਸੰਖਿਆ ਲੋਕ ਸਭਾ ਦੇ ਮੈਂਬਰਾਂ ਦੀ ਸੰਖਿਆ ਦੇ 15% ਤੋਂ ਜ਼ਿਆਦਾ ਨਹੀਂ ਹੋ ਸਕਦੀ ਠੀਕ ਹੈ ਥਰਡ ਹੈ ਸਾਰੇ ਮੰਤਰੀ ਪ੍ਰਧਾਨ ਮੰਤਰੀ ਦੁਆਰਾ ਨਿਯੁਕਤ ਹੋਣਗੇ ਠੀਕ ਹੈ ਫੋਰਥ ਹੈ ਮੰਤਰੀ ਪ੍ਰੀਸ਼ਦ ਸਮੂਹੀ ਗਰੁੱਪ ਵਿੱਚ ਲੋਕ ਸਭਾ ਦੇ ਪ੍ਰਤੀ ਉੱਤਰਦਾਈ ਹੋਵੇਗੀ ਸੋ ਇਸ ਦੇ ਵਿੱਚ ਜੋ ਹੈ ਗਲਤ ਆਪਸ਼ਨ ਕੀ ਹੈ ਤੁਸੀਂ ਇਹ ਚੁਣਨਾ ਹੈ ਸੋ ਇਸ ਦੇ ਵਿੱਚ ਜੋ ਰਾਈਟ ਆਪਸ਼ਨ ਹੋਏਗਾ ਤੇ ਇਸ ਦੇ ਵਿੱਚ ਕਥਨ ਕਿਹੜਾ ਸਹੀ ਨਹੀਂ ਹੈ ਉਹ ਹੋਏਗਾ ਸਾਰੇ ਮੰਤਰੀ ਪ੍ਰਧਾਨ ਮੰਤਰੀ ਦੁਆਰਾ ਨਿਯੁਕਤ ਹੋਣਗੇ ਸੋ ਪ੍ਰਧਾਨ ਮੰਤਰੀ ਦੁਆਰਾ ਨਿਯੁਕਤ ਕਿਵੇਂ ਹੋਣਗੇ ਇਹ ਆਪਸ਼ਨ ਗਲਤ ਹੈ ਕਿਉਂਕਿ ਇਸ ਦੇ ਵਿੱਚ ਕੀ ਹੈ ਜੋ ਮੰਤਰੀ ਹੋਣਗੇ ਸਾਰੇ ਉਹ ਆਪਣਾ ਅਹੁਦਾ ਕਿਸ ਦੇ ਦੁਆਰਾ ਗ੍ਰਹਿਣ ਕਰਦੇ ਹਨ ਰਾਸ਼ਟਰਪਤੀ ਦੁਆਰਾ ਆਪਣਾ ਅਹੁਦਾ ਗ੍ਰਹਿਣ ਕਰਦੇ ਹਨ ਪਰ ਸਲਾਹ ਕਿਸ ਦੀ ਹੁੰਦੀ ਹੈ ਸਲਾਹ ਪ੍ਰਧਾਨ ਮੰਤਰੀ ਦੀ ਹੁੰਦੀ ਹੈ ਸੋ ਜੇਕਰ ਇਸ ਤਰ੍ਹਾਂ ਕੁਐਸਚਨ ਆ ਜਾਵੇ ਕਿਸ ਦੇ ਦੁਆਰਾ ਨਿਯੁਕਤ ਹੋਣਗੇ ਤਾਂ ਉਹ ਰਾਸ਼ਟਰਪਤੀ ਦੇ ਦੁਆਰਾ ਹੀ ਨਿਯੁਕਤ ਹੋਣਗੇ ਪਰ ਜੋ ਹੈ ਪ੍ਰਧਾਨ ਮੰਤਰੀ ਦੀ ਸਲਾਹ ਤੇ ਠੀਕ ਹੈ ਸੋ ਬਾਕੀ ਸਾਰੇ ਇਫੈਕਟ ਤੁਸੀਂ ਦੇਖ ਸਕਦੇ ਹੋ ਉਸ ਦੇ ਵਿੱਚ ਮੇਨ ਇਫੈਕਟ ਇਹ ਸਮਝਣ ਦੀ ਲੋੜ ਹੈ ਜੇਕਰ ਅਸੀਂ ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਦੀ ਸੰਖਿਆ ਦੀ ਗੱਲ ਕਰੀਏ ਨਾ ਮੰਤਰੀ ਪ੍ਰੀਸ਼ਦ ਦਾ ਆਕਾਰ ਕਿੰਨਾ ਹੋਏਗਾ ਮੈਂਬਰ ਕਿੰਨੇ ਹੋਣਗੇ ਤਾਂ ਲੋਕ ਸਭਾ ਦੇ ਮੈਂਬਰਾਂ ਦਾ 15% ਠੀਕ ਹੈ 15% ਹੋਏਗਾ ਉਸ ਤੋਂ ਜ਼ਿਆਦਾ ਨਹੀਂ ਹੋਏਗੀ ਉਹਨਾਂ ਦੀ ਗਿਣਤੀ ਜੇਕਰ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਹੈ 545 ਮੈਕਸਿਮਮ ਠੀਕ ਹੈ 545 ਹੈ ਤਾਂ ਉਸ ਨੂੰ ਤੁਸੀਂ ਦੇਖ ਸਕਦੇ ਹੋ ਉਸ ਦੇ ਵਿੱਚ 81 80 81 ਦੇ ਆਸ-ਪਾਸ ਜੋ ਹਨ ਉਹ 15% ਮੈਂਬਰ ਹੋਣਗੇ ਇਸ ਤੋਂ ਬਾਅਦ ਜੋ ਹਨ ਮੰਤਰੀ ਪਰਿਸ਼ਦ ਦਾ ਆਕਾਰ ਉਹਨਾਂ ਦੇ ਮੈਂਬਰਾਂ ਦੀ ਗਿਣਤੀ ਨਹੀਂ ਹੋ ਸਕਦੀ ਸੋ ਨੈਕਸਟ ਕੁਐਸਚਨ ਕਰਦੇ ਹਾਂ ਬਰ드 ਸਰਕਾਰ ਦੇ ਮੰਤਰੀਆਂ ਦੇ ਵੇਤਨ ਪੱਤੇ ਜੋ ਹਨ ਕਿਸ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ ਜੋ ਭਾਰਤ ਸਰਕਾਰ ਦੇ ਮੰਤਰੀ ਹੁੰਦੇ ਹਨ ਸਾਰੇ ਠੀਕ ਹੈ ਉਹਨਾਂ ਦੇ ਵੇਤਨ ਪੱਤੇ ਕਿਸ ਦੁਆਰਾ ਨਿਰਧਾਰਿਤ ਕੀਤੇ ਜਾਣੇ ਹਨ ਸੋ ਆਪਸ਼ਨ ਹੈ ਪ੍ਰਧਾਨ ਮੰਤਰੀ ਰਾਸ਼ਟਰਪਤੀ ਮੰਤਰੀ ਪ੍ਰੀਸ਼ਦ ਜਾਂ ਸੰਸਦ ਕਿਸ ਦੇ ਦੁਆਰਾ ਜੋ ਉਹਨਾਂ ਦੇ ਪੱਤੇ ਉਹਨਾਂ ਦੇ ਵੇਤਨ ਠੀਕ ਹੈ ਉਹ ਨਿਰਧਾਰਿਤ ਹੁੰਦੇ ਹਨ ਤਾਂ ਇਸ ਦਾ ਰਾਈਟ ਆਪਸ਼ਨ ਹੋਏਗਾ ਸੰਸਦ ਸੰਸਦ ਹੀ ਹੈ ਜੋ ਪ੍ਰਧਾਨ ਮੰਤਰੀ ਮੰਤਰੀਆਂ ਦੇ ਵੇਤਨ ਪੱਤੇ ਜੋ ਹਨ ਮੇਨ ਉਹ ਨਿਰਧਾਰਿਤ ਕਰਦੀ ਹੈ ਠੀਕ ਹੈ ਸੋ ਨੈਕਸਟ ਕੁਐਸਚਨ ਤੇ ਚੱਲਦੇ ਆਂ ਨੈਕਸਟ ਕੁਐਸਚਨ ਹੈ ਕਿਹੜਾ ਕਥਨ ਸਹੀ ਨਹੀਂ ਹੈ ਹੁਣ ਇੱਥੇ ਵੀ ਬਹੁਤ ਸਾਰੀ ਨੋਲਿਜ ਤੁਹਾਨੂੰ ਇਹਨਾਂ ਕਥਨ ਦੇ ਵਿੱਚ ਨਾ ਫੈਕਟ ਦੇ ਵਿੱਚ ਦੇਖਣ ਨੂੰ ਮਿਲੇਗੀ ਸੋ ਕਿਹੜਾ ਕਥਨ ਸਹੀ ਨਹੀਂ ਹੈ ਉਹ ਅਸੀਂ ਦੇਖਣਾ ਹੈ ਕਥਨ ਕੀ ਹੈ ਜੇਕਰ ਕੋਈ ਮੰਤਰੀ ਬਣਨ ਸਮੇਂ ਕਿਸੇ ਵੀ ਸਦਨ ਦਾ ਜੋ ਮੈਂਬਰ ਨਹੀਂ ਹੈ ਤਾਂ 6 ਮਹੀਨੇ ਅੰਦਰ ਲੋਕ ਸਭਾ ਦੀ ਮੈਂਬਰਸ਼ਿਪ ਹਾਸਲ ਕਰਨੀ ਪਵੇਗੀ ਠੀਕ ਹੈ ਕਿਸ ਦੀ ਮੈਂਬਰਸ਼ਿਪ ਹਾਸਲ ਕਰਨੀ ਪਵੇਗੀ ਲੋਕ ਸਭਾ ਦੀ ਠੀਕ ਹੈ ਨੈਕਸਟ ਤੇ ਚੱਲਦੇ ਹਾਂ ਇੱਕ ਮੰਤਰੀ ਜਿਸ ਸਦਨ ਦਾ ਮੈਂਬਰ ਹੈ ਦੂਸਰੇ ਸੰਬੰਧੀ ਕਾਰਵਾਈ ਵਿੱਚ ਭਾਗ ਲੈ ਸਕਦਾ ਹੈ ਨੈਕਸਟ ਹੈ ਇੱਕ ਮੰਤਰੀ ਜਿਸ ਸਦਨ ਦਾ ਮੈਂਬਰ ਹੈ ਸਿਰਫ ਉਹੀ ਸਦਨ ਦੇ ਵਿੱਚ ਮਤਦਾਨ ਜੋ ਹੈ ਉਹ ਕਰ ਸਕਦਾ ਹੈ ਵੋਟ ਦਾ ਇਸਤੇਮਾਲ ਕਰ ਸਕਦਾ ਹੈ ਲਾਸਟ ਹੈ ਕਥਨ ਪ੍ਰਧਾਨ ਮੰਤਰੀ ਨਿਯੁਕਤੀ ਕੌਣ ਕਰਦਾ ਹੈ ਰਾਸ਼ਟਰਪਤੀ ਕਰਦਾ ਹੈ ਸੋ ਇਸ ਦੇ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਉਹ ਤੁਸੀਂ ਦੇਖਣਾ ਹੈ ਸੋ ਫਰੈਂਡਸ ਤੁਸੀਂ ਦੱਸਣਾ ਵੀ ਹੈ ਕਮੈਂਟ ਬਾਕਸ ਦੇ ਵਿੱਚ ਕਿ ਤੁਹਾਡੇ ਕਿੰਨੇ ਕੁਐਸਚਨ ਇਸ ਦੇ ਵਿੱਚੋਂ ਸਹੀ ਹੁੰਦੇ ਹਨ 10 ਦੇ ਵਿੱਚੋਂ ਤੁਸੀਂ ਕਿੰਨੇ ਮਾਰਕਸ ਲੈਂਦੇ ਹੋ ਸੋ ਇਸ ਦਾ ਜੇਕਰ ਅਸੀਂ ਸਹੀ ਆਪਸ਼ਨ ਦੀ ਗੱਲ ਕਰੀਏ ਜੇ ਕਥਨ ਇਸ ਦੇ ਵਿੱਚ ਕਿਹੜਾ ਸਹੀ ਨਹੀਂ ਹੈ ਤਾਂ ਇਸ ਦੇ ਵਿੱਚ ਫਸਟ ਫਸਟ ਨੂੰ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਕੀ ਕਿਹਾ ਗਿਆ ਹੈ ਕਿ ਜੇਕਰ ਕੋਈ ਮੰਤਰੀ ਬਣਨ ਸਮੇ ਕਿਸੇ ਵੀ ਸਦਨ ਦੇ ਮੈਂਬਰ ਦਾ 6 ਮਹੀਨੇ ਦੇ ਅੰਦਰ ਨਹੀਂ ਬਣਦਾ ਤਾਂ ਉਹਨੂੰ ਲੋਕ ਸਭਾ ਦੀ ਮੈਂਬਰਸ਼ਿਪ ਲੈਣੀ ਪੈਗੀ ਸੋ ਇੱਥੇ ਇੱਥੇ ਇਹ ਗਲਤ ਹੈ ਕਥਨ ਕਿਉਂਕਿ ਉਹ ਜੇਕਰ ਮੰਤਰੀ ਬਣਨ ਸਮੇ ਕਿਸੇ ਵੀ ਸਦਨ ਦਾ ਅਜੇ ਤੱਕ ਮੈਂਬਰ ਨਹੀਂ ਹੈ ਤਾਂ ਉਹ ਜੋ ਹੈ ਮੈਂਬਰਸ਼ਿਪ ਲੋਕ ਸਭਾ ਦੀ ਵੀ ਲੈ ਸਕਦਾ ਹੈ ਤੇ ਰਾਜ ਸਭਾ ਦੀ ਵੀ ਸੋ ਕਿਸੇ ਵੀ ਸਦਨ ਦੀ ਮੈਂਬਰਸ਼ਿਪ ਹਾਸਲ ਕਰਨੀ ਪੈਗੀ ਨਾ ਕਿ ਸਿਰਫ ਲੋਕ ਸਭਾ ਦੀ ਹੀ ਕਰ ਸਕਦਾ ਹੈ ਬਾਕੀ ਸਾਰੇ ਆਪਸ਼ਨਸ ਏਹੀ ਹਨ ਇਸ ਨੂੰ ਤੁਸੀਂ ਯਾਦ ਰੱਖਣਾ ਹੈ ਇੱਕ ਮੰਤਰੀ ਜਿਸ ਸਦਨ ਦਾ ਮੈਂਬਰ ਹੈ ਦੂਜੇ ਸਬੰਧੀ ਕਾਰਵਾਈ ਵਿੱਚ ਵੀ ਭਾਗ ਲੈ ਸਕਦਾ ਹੈ ਤੇ ਮੇਨ ਇੱਥੇ ਫੈਕਟ ਇਹ ਹੈ ਕਿ ਜਿਸ ਸਦਨ ਦਾ ਮੰਤਰੀ ਹੈ ਉਸੇ ਸਦਨ ਦੇ ਵਿੱਚੋਂ મતદાન ਆਪਣਾ ਇਸਤੇਮਾਲ ਜੋ ਹੈ ਵੋਟ ਦਾ ਅਧਿਕਾਰ ਇਸਤੇਮਾਲ ਕਰ ਸਕਦਾ ਹੈ ਤੇ ਪ੍ਰਧਾਨ ਮੰਤਰੀ ਦੀ ਨਿਯੁਕਤੀ ਅਸੀਂ ਜਾਣਦੇ ਹਾਂ ਕਿ ਰਾਸ਼ਟਰਪਤੀ ਦੇ ਦੁਆਰਾ ਕੀਤੀ ਜਾਂਦੀ ਹੈ ਨੈਕਸਟ ਕੁਐਸਚਨ ਤੇ ਚੱਲਦੇ ਆਂ ਇੱਕ ਵਿਅਕਤੀ ਦੇ ਮੰਤਰੀ ਬਣਨ ਲਈ 6 ਮਹੀਨਿਆਂ ਦੇ ਵਿੱਚ ਕਿਸੇ ਵੀ ਸਦਨ ਦਾ ਮੈਂਬਰ ਬਣਨਾ ਜ਼ਰੂਰੀ ਹੁੰਦਾ ਹੈ ਪਰ ਉਸ ਨੂੰ ਸਦਨ ਦਾ ਮੈਂਬਰ ਕਿਸ ਤਰੀਕੇ ਨਾਲ ਬਣਾਉਣਾ ਚਾਹੀਦਾ ਹੈ ਠੀਕ ਹੈ ਸੋ ਤਰੀਕਾ ਕਿਹੜਾ ਹੈ ਜੋ ਉਸ ਨੇ 6 ਮਹੀਨੇ ਦੇ ਅੰਦਰ ਜੋ ਕਿਸੇ ਵੀ ਸਦਨ ਦੀ ਮੈਂਬਰਸ਼ਿਪ ਲੈਣੀ ਹੈ ਮੈਂਬਰ ਬਣਨਾ ਹੈ ਤਾਂ ਉਹ ਤਰੀਕਾ ਕਿਹੜਾ ਹੋਏਗਾ ਸੋਚੋਣਾ ਦੇ ਦੁਆਰਾ ਹੋਏਗਾ ਨਾਮਾਂਕਣ ਹੋਏਗਾ ਉਸ ਦਾ ਚੋਣਾਂ ਦੇ ਦੁਆਰਾ ਜਾਂ ਮਨੁਨੀਤ ਕੀਤਾ ਜਾਏਗਾ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਸੋ ਕਿਹੜਾ ਹੋਏਗਾ ਇਸ ਦੇ ਵਿੱਚ ਆਪਾਂ ਦੇਖਣਾ ਹੈ ਸੋ ਇਸ ਦੇ ਵਿੱਚ ਤੁਸੀਂ ਦੱਸਣਾ ਹੈ ਰਾਈਟ ਆਨਸਰ ਕਿਹੜਾ ਹੋਏਗਾ ਸੋ ਰਾਈਟ ਆਨਸਰ ਦੀ ਜ਼ਿਕਰ ਅਸੀਂ ਗੱਲ ਕਰੀਏ ਤਾਂ ਇਸ ਦੇ ਵਿੱਚ ਰਾਈਟ ਆਪਸ਼ਨ ਹੈ ਚੋਣਾਂ ਦੁਆਰਾ ਜਾਂ ਨਾਮੰਕਣ ਦੇ ਦੁਆਰਾ ਸੀ ਆਪਸ਼ਨ ਇਸ ਦੇ ਵਿੱਚ ਸਹੀ ਹੋਏਗੀ ਸੋ ਮੈਂਬਰਸ਼ਿਪ ਹੈ ਨਾ ਜੋ ਕੋਈ ਮੰਤਰੀ ਬਣਨਾ ਹੈ ਉਸਨੇ ਮੈਂਬਰਸ਼ਿਪ ਲੈਣੀ ਹੈ 6 ਮਹੀਨੇ ਦੇ ਅੰਦਰ ਸੋ ਤਰੀਕਾ ਕਿਹੜਾ ਹੋਏਗਾ ਉਹ ਚੋਣਾਂ ਦੇ ਦੁਆਰਾ ਵੀ ਹੋ ਸਕਦਾ ਹੈ ਤੇ ਨਾਮੰਕਣ ਦੁਆਰਾ ਵੀ ਜੋ ਹੈ ਮੈਂਬਰਸ਼ਿਪ ਜੋ ਹੈ ਉਹ ਹਾਸਲ ਕਰ ਸਕਦਾ ਹੈ ਐਦਾਂ ਨਹੀਂ ਹੈ ਕਿ ਸਿਰਫ ਚੋਣਾਂ ਦੁਆਰਾ ਹੀ ਹੋ ਸਕਦਾ ਹੈ ਸਿਰਫ ਨਾਮਾਂਕਣ ਹੀ ਉਸ ਦਾ ਹੋ ਸਕਦਾ ਸੋ ਦੋਨੋਂ ਹੀ ਤਰੀਕੇ ਹੋ ਸਕਦੇ ਹਨ ਠੀਕ ਹੈ ਦੋਨਾਂ ਤਰੀਕਿਆਂ ਦੇ ਨਾਲ ਉਹ ਹਾਸਲ ਕਰ ਸਕਦਾ ਹੈ ਠੀਕ ਹੈ ਸੋ ਇਸ ਦੇ ਵਿੱਚ ਕਲੀਅਰ ਵੀ ਕੀਤਾ ਗਿਆ ਹੈ ਕਿ ਮੈਂਬਰਸ਼ਿਪ 6 ਮਹੀਨੇ ਦੇ ਦੌਰਾਨ ਚੋਣਾਂ ਦੁਆਰਾ ਜਾਂ ਨਾਮਾਂਕਣ ਦੁਆਰਾ ਹਾਸਲ ਕੀਤੀ ਜਾ ਸਕਦੀ ਹੈ ਨੈਕਸਟ ਹੈ 6th ਕੁਐਸਚਨ ਮੰਤਰੀ ਪ੍ਰੀਸ਼ਦ ਲੋਕ ਸਭਾ ਪ੍ਰਤੀ ਸਮੂਹਿਕ ਰੂਪ ਵਿੱਚ ਉੱਤਰਦਾ ਹੀ ਹੈ ਇਸ ਦਾ ਮਤਲਬ ਕੀ ਹੈ ਜੋ ਮੰਤਰੀ ਪ੍ਰੀਸ਼ਦ ਹੈ ਜਿਸ ਦਾ ਜੋ ਮੁਖੀ ਆਪਾਂ ਕੀਤਾ ਹੈ ਕਿ ਸਾਡਾ ਪ੍ਰਧਾਨ ਮੰਤਰੀ ਹੁੰਦਾ ਹੈ ਉਹ ਲੋਕ ਸਭਾ ਪ੍ਰਤੀ ਸਮੂਹਿਕ ਰੂਪ ਵਿੱਚ ਉੱਤਰਦਾ ਹੀ ਹੈ ਇਸ ਦਾ ਅਰਥ ਕੀ ਹੈ ਠੀਕ ਹੈ ਇਸ ਦਾ ਅਰਥ ਤੁਸੀਂ ਦੇਖਣਾ ਇਹਨਾਂ ਦੇ ਵਿੱਚੋਂ ਕਿਹੜਾ ਹੈ ਕਿ ਸਾਰੇ ਮੰਤਰੀ ਆਪਣੇ ਕੰਮਾਂ ਲਈ ਲੋਕ ਸਭਾ ਪ੍ਰਤੀ ਉੱਤਰਦਾ ਹੀ ਹੋਣਗੇ ਸਾਰੇ ਮੰਤਰੀ ਆਪਣੇ ਕਾਰਜਾਂ ਲਈ ਰਾਜ ਸਭਾ ਪ੍ਰਤੀ ਉੱਤਰਦਾ ਹੀ ਹੋਣਗੇ ਜਾਂ ਸਾਰੇ ਮੰਤਰੀ ਇੱਕ ਦਲ ਦੀ ਤਰ੍ਹਾਂ ਕੰਮ ਕਰਨਗੇ ਹੁਣ ਇਹਨਾਂ ਦੇ ਵਿੱਚੋਂ ਆਪਸ਼ਨ ਸਹੀ ਕਿਹੜਾ ਹੋਏਗਾ ਤੁਸੀਂ ਇਸ ਦੇ ਵਿੱਚ ਸਹੀ ਆਨਸਰ ਦੱਸਣਾ ਹੈ ਠੀਕ ਹੈ ਕਿਹੜਾ ਹੈ ਤਾਂ ਜੇਕਰ ਸੀਐਸਡੀ ਸਹੀ ਆਪਸ਼ਨ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਸਹੀ ਆਪਸ਼ਨ ਹੋਏਗਾ ਏ ਤੇ ਸੀ ਦੋਨੋਂ ਹੁਣ ਮੰਤਰੀ ਪ੍ਰੀਸ਼ਦ ਦੀ ਗੱਲ ਕੀਤੀ ਗਈ ਹੈ ਲੋਕ ਸਭਾ ਦੇ ਵਿੱਚ ਸਮੂਹਿਕ ਰੂਪ ਦੇ ਵਿੱਚ ਉਤਰਦਾ ਹੀ ਹੈ ਤਾਂ ਉਸਨੇ ਕੀ ਕਰਨਾ ਹੈ ਸਾਰੇ ਮੰਤਰੀ ਇੱਕ ਦਲ ਦੀ ਤਰ੍ਹਾਂ ਕੰਮ ਕਰਨਗੇ ਹੀ ਕਰਨਗੇ ਠੀਕ ਹੈ ਸੋ ਜੇਕਰ ਕਹਿੰਦੇ ਹਨ ਕਿ ਮੰਤਰੀ ਪ੍ਰੀਸ਼ਦ ਦੇ ਲੋਕ ਸਭਾ ਦੇ ਵਿੱਚ ਕੀ ਅવિਸ਼ਵਾਸ ਪ੍ਰਸਤਾਵ ਪਾਸ ਹੋ ਜਾਵੇ ਨਾ ਤਾਂ ਸਾਰੇ ਮੰਤਰੀ ਨੂੰ ਅਸਤੀਫਾ ਵੀ ਦੇਣਾ ਪੈਂਦਾ ਹੈ ਸੋ ਇਹ ਇਹ ਸਾਰੇ ਇੱਕ ਦਲ ਦੀ ਤਰ੍ਹਾਂ ਕੰਮ ਕਰਨਗੇ ਕੋਈ ਅਲੱਗ-ਅਲੱਗ ਨਹੀਂ ਹੈ ਠੀਕ ਹੈ ਇੱਕ ਇੱਕ ਜੁੱਟ ਹੋ ਕੇ ਕੰਮ ਕਰਨਗੇ ਠੀਕ ਹੈ ਤੇ ਇਹ ਦਾ ਇਹ ਇਸ ਤਰ੍ਹਾਂ ਸਹੀ ਹੋਏਗਾ ਕਿ ਸਾਰੇ ਮੰਤਰੀ ਆਪਣੇ ਕੰਮਾਂ ਲਈ ਲੋਕ ਸਭਾ ਪ੍ਰਤੀ ਉੱਤਰਦਾਇ ਹੋਣਗੇ ਸੋ ਇਹ ਵਾਲਾ ਜੋ ਆਪਸ਼ਨ ਹੈ ਇਹ ਗਲਤ ਹੈ ਸੋ ਆਪਸ਼ਨ ਸਹੀ ਕਿਹੜਾ ਹੋਏਗਾ A ਤੇ C D ਆਪਸ਼ਨ ਜੋ ਲਾਸਟ ਆਪਸ਼ਨ ਹੈ ਉਹ ਸਹੀ ਹੋਏਗਾ ਠੀਕ ਹੈ ਇਸ ਦਾ ਮਤਲਬ ਕਿ A ਹੋਏਗਾ ਨੈਕਸਟ ਕੁਐਸਚਨ ਤੇ ਚੱਲਦੇ ਆਂ ਜਦੋਂ ਲੋਕ ਸਭਾ ਮੰਤਰੀ ਪ੍ਰੀਸ਼ਦ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਕਰਦੀ ਹੈ ਠੀਕ ਹੈ ਜਦੋਂ ਲੋਕ ਸਭਾ ਮੰਤਰੀ ਪ੍ਰੀਸ਼ਦ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਕਰਦੀ ਹੈ ਤਾਂ ਕੀ ਹੁੰਦਾ ਹੈ ਠੀਕ ਹੈ ਲੋਕ ਸਭਾ ਦੇ ਚੁਣੇ ਗਏ ਸਾਰੇ ਮੰਤਰੀਆਂ ਨੂੰ ਤਿਆਗ ਪੱਤਰ ਦੇਣਾ ਪੈਂਦਾ ਹੈ ਰਾਜ ਸਭਾ ਤੋਂ ਚੁਣੇ ਗਏ ਸਾਰੇ ਮੰਤਰੀਆਂ ਨੂੰ ਤਿਆਗ ਪੱਤਰ ਦੇਣਾ ਪੈਂਦਾ ਹੈ ਏ ਤੇ ਬੀ ਦੋਨੇ ਹੀ ਲੋਕ ਸਭਾ ਤੇ ਰਾਜ ਸਭਾ ਦੋਨਾਂ ਮੰਤਰੀਆਂ ਨੂੰ ਦੋਨਾਂ ਵੀ ਜੋ ਹੈ ਇਹਨਾਂ ਨੂੰ ਤਿਆਗ ਪੱਤਰ ਦੇਣਾ ਪੈਂਦਾ ਜਾਂ ਕੇਵਲ ਪ੍ਰਧਾਨ ਮੰਤਰੀ ਨੂੰ ਤਿਆਗ ਪੱਤਰ ਦੇਣਾ ਪੈਂਦਾ ਹੈ ਸੋ ਕੀ ਇਸ ਦਾ ਰਾਈਟ ਆਪਸ਼ਨ ਹੋਏਗਾ ਤੁਸੀਂ ਦੇਖਣਾ ਹੈ ਇਸ ਦੇ ਵਿੱਚ ਰਾਈਟ ਆਪਸ਼ਨ ਜੇਕਰ ਲੋਕ ਸਭਾ ਮੰਤਰੀ ਪ੍ਰੀਸ਼ਦ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਕਰਦੀ ਹੈ ਤਾਂ ਕੀ ਹੋਏਗਾ ਕੀ ਹੋਏਗਾ ਇਸ ਦੇ ਵਿੱਚ ਤਾਂ ਇਸ ਦਾ ਰਾਈਟ ਆਪਸ਼ਨ ਹੈ ਇਸ ਦੇ ਵਿੱਚ ਏ ਤੇ ਬੀ ਕਿਵੇਂ ਹੋਏਗਾ ਜੇਕਰ ਮੰਤਰੀ ਪਰਿਸ਼ਦ ਦੇ ਵਿਰੁੱਧ ਲੋਕ ਸਭਾ ਵਿੱਚ ਅવિਸ਼ਵਾਸ ਪ੍ਰਸਤਾਵ ਪਾਸ ਹੋ ਗਿਆ ਠੀਕ ਹੈ ਜੇਕਰ ਪਾਸ ਹੋ ਜਾਂਦਾ ਹੈ ਉਹ ਤੇ ਲੋਕ ਸਭਾ ਦੇ ਚੁਣੇ ਗਏ ਜਿੰਨੇ ਵੀ ਮੰਤਰੀ ਹੁੰਦੇ ਹਨ ਤੇ ਰਾਜ ਸਭਾ ਦੇ ਚੁਣੇ ਗਏ ਦੋਨੋਂ ਸਦਨਾਂ ਦੇ ਚੁਣੇ ਗਏ ਜਿੰਨੇ ਵੀ ਮੰਤਰੀ ਹੁੰਦੇ ਹਨ ਸਾਰਿਆਂ ਨੂੰ ਹੀ त्याग ਪੱਤਰ ਦੇਣਾ ਪੈਂਦਾ ਹੈ ਸੋ ਅਸੀਂ ਪਿਛਲੇ ਕੁਐਸਚਨ ਦੇ ਵਿੱਚ ਗੱਲ ਵੀ ਕੀਤੀ ਕਿ ਉਹ ਸਾਰੇ ਮੰਤਰੀ ਇੱਕ ਦਲ ਦੀ ਤਰ੍ਹਾਂ ਕੰਮ ਕਰਨਗੇ ਠੀਕ ਹੈ ਜੇਕਰ ਅਵਿਸ਼ਵਾਸ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਦੋਨੋਂ ਸਦਨਾਂ ਦੇ ਰਾਜ ਸਭਾ ਲੋਕ ਸਭਾ ਦੋਨਾਂ ਸਦਨਾਂ ਦੇ ਜੋ ਮੈਂਬਰ ਹੁੰਦੇ ਹਨ ਅਨੁਸਾਰਿਆਂ ਨੂੰ ਸਾਰਿਆਂ ਨੂੰ ਹੀ ਜੋ ਮੰਤਰੀ ਹੁੰਦੇ ਹਨ ਸਾਰਿਆਂ ਨੂੰ ਤਿਆਗ ਪੱਤਰ ਦੇਣਾ ਪਵੇਗਾ ਠੀਕ ਹੈ ਸੋ ਕਲੀਅਰ ਹੈ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੇਕਰ ਕੋਈ ਮੰਤਰੀ ਮੰਡਲ ਦੇ ਕਿਸੇ ਫੈਸਲੇ ਨਾਲ ਸਹਿਮਤ ਨਹੀਂ ਹੈ ਜੇਕਰ ਕੋਈ ਮੰਤਰੀ ਮੰਡਲ ਦੇ ਜੋ ਮੰਤਰੀ ਮੰਡਲ ਹੈ ਠੀਕ ਹੈ ਮੰਤਰੀ ਮੰਡਲ ਦੇ ਵਿੱਚ ਅਸੀਂ ਮੇਨ ਕਰ ਚੁੱਕੇ ਹਾਂ ਮੰਤਰੀ ਮੰਡਲ ਕੀ ਹੈ ਇਸ ਸ਼ਬਦ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਮંત્રી ਮੰਡਲ ਦੇ ਵਿੱਚ ਆਪਾਂ ਕੀਤਾ ਸਿਰਫ ਪ੍ਰਧਾਨ ਮੰਤਰੀ ਤੇ ਕੈਬਨਿਟ ਦੇ ਮੰਤਰੀ ਹੁੰਦੇ ਹਨ ਠੀਕ ਹੈ ਕਾਉਂਸਲ ਆਫ ਮਿਨਿਸਟਰ ਆਪਾਂ ਮੰਤਰੀ ਪ੍ਰੀਸ਼ਦ ਕੀਤਾ ਜਿਸ ਦੇ ਵਿੱਚ ਸਾਰੇ ਮੰਤਰੀ ਹੁੰਦੇ ਹਨ ਠੀਕ ਹੈ ਸੋ ਉਸ ਨੂੰ ਤੁਸੀਂ ਯਾਦ ਰੱਖਣਾ ਹੈ ਪ੍ਰਧਾਨ ਮੰਤਰੀ ਤੇ ਕੈਬਨਿਟ ਇੱਥੇ ਮੰਤਰੀ ਮੰਡਲ ਦੀ ਗੱਲ ਕੀਤੀ ਗਈ ਹੈ ਠੀਕ ਹੈ ਸੋ ਕਿਸੇ ਫੈਸਲੇ ਦੇ ਨਾਲ ਜੇਕਰ ਕੋਈ ਮੰਤਰੀ ਮੰਡਲ ਦੇ ਕਿਸੇ ਫੈਸਲੇ ਨਾਲ ਸਹਿਮਤ ਨਹੀਂ ਤਾਂ ਉਹ ਕੀ ਹੋਏਗਾ ਉਸ ਨੂੰ ਰਾਸ਼ਟਰਪਤੀ ਆਪਣੇ ਵੱਲੋਂ ਹਟਾ ਸਕਦਾ ਹੈ ਤਿਆਗ ਪੱਤਰ ਦੇਣਾ ਪੈਂਦਾ ਹੈ ਉਹ ਮੰਤਰੀ ਬਣਿਆ ਰਹਿ ਸਕਦਾ ਹੈ ਜਾਂ ਉਪਰਕਤ ਦੇ ਵਿੱਚੋਂ ਕੋਈ ਵੀ ਨਹੀਂ ਸੋ ਇਸ ਦਾ ਤੁਸੀਂ ਆਨਸਰ ਕਰਨਾ ਹੈ ਕੀ ਹੋਏਗਾ ਜੇਕਰ ਕੋਈ ਮੰਤਰੀ ਮੰਡਲ ਦੇ ਕਿਸੇ ਫੈਸਲੇ ਨਾਲ ਸਹਿਮਤ ਹੀ ਨਹੀਂ ਹੈ ਤਾਂ ਕੀ ਹੋਏਗਾ ਤਾਂ ਇਸ ਦਾ ਜੋ ਰਾਈਟ ਆਨਸਰ ਹੋਏਗਾ ਆਨਸਰ ਨੰਬਰ B ਠੀਕ ਹੈ ਕੀ ਹੋਏਗਾ ਤਿਆਗ ਪੱਤਰ ਦੇਣਾ ਪਏਗਾ ਉਸ ਮੰਤਰੀ ਨੂੰ ਠੀਕ ਹੈ ਮੰਤਰੀ ਮੰਡਲ ਦੇ ਜੇਕਰ ਫੈਸਲੇ ਨਾਲ ਉਹ ਸਹਿਮਤ ਹੀ ਨਹੀਂ ਹੈ ਤਾਂ ਉਸ ਨੂੰ ਕੀ ਹੋਏਗਾ ਉਸ ਨੂੰ ਤਿਆਗ ਪੱਤਰ ਦੇਣਾ ਪਏਗਾ ਸੋ ਇੱਥੇ ਤੁਸੀਂ ਇੱਕ ਇੰਪੋਰਟੈਂਟ ਫੈਕਟ ਜੋ ਹੈ ਉਹ ਧਿਆਨ ਦੇ ਵਿੱਚ ਰੱਖਣਾ ਹੈ ਕਿ 1953 ਈਸਵੀ ਦੇ ਵਿੱਚ ਇਸੇ ਤਰ੍ਹਾਂ ਹੀ ਜੋ ਬੀ ਆਰ ਅੰਬੇਦਕਰ ਜੋ ਸੀ ਨਾ ਉਹਨਾਂ ਨੇ ਤਿਆਗ ਪੱਤਰ ਦਿੱਤਾ ਸੀ ਕਿਉਂਕਿ ਉਹ ਹਿੰਦੂ ਕੋਡ ਬਿਲ ਤੇ ਸਹਿਮਤ ਨਹੀਂ ਸੀ ਠੀਕ ਹੈ 1953 ਦੇ ਵਿੱਚ ਉਹਨਾਂ ਨੇ ਕੀ ਸੀ ਤਿਆਗ ਪੱਤਰ ਦਿੱਤਾ ਸੀ ਇੱਕ ਤਰ੍ਹਾਂ ਦਾ ਸਾਡੇ ਕੋਲ ਇੰਪੋਰਟੈਂਟ ਜੋ ਹੈ ਐਵਿਡੈਂਸ ਹੈ ਕਿ ਅੰਬੇਦਕਰ ਨੇ ਬੀ ਆਰ ਅੰਬੇਦਕਰ ਨੇ ਹਿੰਦੂ ਕੋਡ ਬਿਲ ਤੇ ਸਹਿਮਤ ਨਾ ਹੋਣ ਕਰਕੇ ਤਿਆਗ ਪੱਤਰ ਦਿੱਤਾ ਸੀ ਸੋ ਮੇਨ ਅਸੀਂ ਕੁਐਸਚਨ ਵੀ ਇਹੀ ਕੀਤਾ ਕਿ ਜੇਕਰ ਕੋਈ ਮੰਤਰੀ ਮੰਡਲ ਦੇ ਫੈਸਲੇ ਨਾਲ ਸਹਿਮਤ ਨਹੀਂ ਹੈ ਤਾਂ ਉਹ ਮੰਤਰੀ ਵੀ ਨਹੀਂ ਬਣਿਆ ਰਹਿ ਸਕਦਾ ਨਾ ਉਸ ਨੂੰ ਰਾਸ਼ਟਰਪਤੀ ਹਟਾ ਸਕਦਾ ਸਿੱਧਾ ਉਸ ਨੂੰ ਕੀ ਕਰਨਾ ਪਏਗਾ ਤਿਆਗ ਪੱਤਰ ਦੇਣਾ ਪਏਗਾ सो नैक्सट क्वेश्चन के चलते हैं किसने कहा बहुत ही इंपॉर्टेंट फैक्ट जो है किसने कहा कि कैबिनेट धुरी है जिसके चार पासे जो है राजनीतिक मशीनरी घूमती है ठीक है किसने कहा य जो है कथन है किसने कहा सर जॉन मैरियट ने कहा डॉक्टर अंबेदकर ने कहा चर्चल ने कहा ज नहरू ने कहा सो किस ने किया धुरी है तो इसके चार पासे राजनीतिक मशीनरी घूमती है ਸੋ ਆਪਸ਼ਨ ਤੁਸੀਂ ਇਸ ਦੇ ਵਿੱਚ ਦੇਖਣਾ ਹੈ ਕਿਹੜਾ ਸਹੀ ਹੈ ਸੋ ਇਸ ਦਾ ਰਾਈਟ ਆਪਸ਼ਨ ਹੋਏਗਾ ਸਰ ਜான் ਮੈਰੀਟ ਸਰ ਜான் ਮੈਰੀਟ ਨੇ ਇਹ ਗੱਲ ਕਹੀ ਸੀ ਕਿ ਕੈਬਨਟ ਜੋ ਹੈ ਉਹ ਧੁਰੀ ਹੈ ਜਿਸ ਦੇ ਚਾਰੇ ਪਾਸੇ ਰਾਜਨੀਤਿਕ ਮਸ਼ੀਨਰੀ ਘੁੰਮਦੀ ਹੈ ਇਸ ਤਰ੍ਹਾਂ ਦਾ ਲਾਸਟ ਕੁਐਸਚਨ ਅਸੀਂ ਇੱਕ ਲਵਾਂਗੇ ਕਥਨ ਹੀ ਹੈ ਇਹ ਬਹੁਤ ਹੀ ਇੰਪੋਰਟੈਂਟ ਵੀ ਦੇ ਨਾਲ ਪੇਪਰ ਵਿੱਚ ਪੁੱਛ ਲਿਆ ਜਾਂਦਾ ਹੈ ਸੋ ਕੀ ਹੈ ਕਿਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਭੂਮਿਕਾ ਜੋ ਹੈ ਚੰਦਰਮਾ ਦੇ ਸਮਾਨ ਹੈ ਤੇ ਮੰਤਰੀਆਂ ਦੀ ਸਥਿਤੀ ਗ੍ਰਹਿ ਨਕਸ਼ਤਰ ਸਮਾਨ ਹੈ ਜੋ ਚੰਦਰਮਾ ਦੇ ਦੁਆਲੇ ਚੱਕਰ ਲਗਾਉਂਦੇ ਹਨ ਸੋ ਕਿਸ ਨੇ ਕਿਹਾ ਸੀ ਇਹ ਕਥਨ ਜੋ ਹੈ ਕਿਸ ਦਾ ਹੈ ਸੋ ਇਸ ਦੇ ਵਿੱਚ ਆਪਸ਼ਨ ਸਰਜਨ ਮੈਰੀਅਰ ਟੰਬੇਦਕਰ ਬਾਲ ਗੰਗਾਦਰ ਤਿਲਕ ਜਾਂ ਚਰਚਿਲ ਸੋ ਆਪਸ਼ਨ ਤੁਸੀਂ ਦੱਸਣਾ ਹੈ ਇਸ ਦੇ ਵਿੱਚ ਕਿਹੜਾ ਸਹੀ ਹੈ ਸੋ ਫਰੈਂਡਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਹੈ ਤਾਂ ਜੋ ਸਾਰੇ ਨੌਲੇਜੇਬਲ ਫੈਕਟਸ ਸਾਰਿਆਂ ਤੱਕ ਪਹੁੰਚ ਸਕਣ ਸਾਰੇ ਜੋ ਹੈ ਇੱਕ ਨੌਲੇਜ ਨੂੰ ਵਧਿਆਵੇ ਦੇ ਨਾਲ ਸਮਝ ਸਕਣ ਸੋ ਇਸ ਦਾ ਰਾਈਟ ਆਪਸ਼ਨ ਤੁਸੀਂ ਦੱਸਣਾ ਹੈ ਕਿਹੜਾ ਹੈ ਤਾਂ ਇਸ ਦੇ ਵਿੱਚ ਚੰਦਰਮਾ ਦੀ ਭੂਮਿਕਾ ਚੰਦਰਮਾ ਦੇ ਸਮਾਨ ਪ੍ਰਧਾਨ ਮੰਤਰੀ ਨੂੰ ਕਿਸ ਨੇ ਕਿਹਾ ਤੇ ਗ੍ਰਹਿ ਨਕਸ਼ਤਰਾ ਦੇ ਸਮਾਨ ਬਾਕੀ ਮੰਤਰੀਆਂ ਨੂੰ ਕਿਸ ਨੇ ਜੋ ਹੈ ਕਿਹਾ ਇਸ ਦਾ ਰਾਈਟ ਆਨਸਰ ਹੋਏਗਾ ਅੰਬੇਦਕਰ ਅੰਬੇਦਕਰ ਜੀ ਨੇ ਜੋ ਪ੍ਰਧਾਨ ਮੰਤਰੀ ਦੀ ਭੂਮਿਕਾ ਚੰਦਰਮਾ ਦੇ ਸਮਾਨ ਮੰਨੀ ਸੀ ਤੇ ਬਾਕੀ ਜੋ ਉਸ ਦੀ ਹੈਲਪ ਦੇ ਲਈ ਬਾਕੀ ਜੋ ਵਿਭਾਗ ਮੰਤralੇ ਮੰਤਰੀ ਹਨ ਬਾਕੀ ਸਾਰੇ ਉਹਨਾਂ ਨੂੰ ਗ੍ਰਹਿ ਨਕਸ਼ਤਰ ਦੇ ਸਮਾਨ ਦਰਜਾ ਦਿੱਤਾ ਸੀ ਇਹ ਸਟੇਟਮੈਂਟ ਕਿਸ ਦੀ ਹੈ ਤਾਂ ਬੀ ਆਰ ਅੰਬੇਦਕਰ ਦੀ ਨੈਕਸਟ ਅਸੀਂ ਕੁਝ ਇੰਪੋਰਟੈਂਟ ਫੈਕਟ ਕਰਦੇ ਹਾਂ ਫਰੈਂਡਸ ਠੀਕ ਹੈ ਇਹ ਵੀ ਇੰਪੋਰਟੈਂਟ ਹਨ ਜਲਦੀ ਜਲਦੀ ਅਸੀਂ ਇਸ ਨੂੰ ਕਵਰ ਕਰ ਲਾਂਗੇ ਪਹਿਲੀ ਲੋਕ ਸਭਾ ਦਾ ਗਠਨ ਕਦੋਂ ਹੋਇਆ ਤੇ ਇਸ ਦਾ ਗਠਨ ਹੋਇਆ ਸੀ 17 April 1952 ਨੂੰ ਠੀਕ ਹੈ ਸੋ ਆਮ ਚੋਣਾਂ ਦੀ ਜੇਕਰ ਅਸੀਂ ਗੱਲ ਕਰੀਏ ਆਮ ਚੋਣਾਂ ਤੋਂ ਬਾਅਦ ਲੋਕ ਸਭਾ ਦਾ ਗਠਨ ਹੋਇਆ ਆਮ ਚੋਣਾਂ ਦੀ ਗੱਲ ਕਰੀਏ 25 October ਠੀਕ ਹੈ 1951 ਤੇ 21 ਫਰਵਰੀ 1952 ਦੇ ਵਿੱਚ ਜੋ ਪਹਿਲੀਆਂ ਆਮ ਚੋਣਾਂ ਹੋਈਆਂ ਉਸ ਤੋਂ ਬਾਅਦ ਹੀ 17 ਅਪ੍ਰੈਲ ਨੂੰ 1952 ਨੂੰ ਜੋ ਹੈ ਪਹਿਲੀ ਲੋਕ ਸਭਾ ਦਾ ਗਠਨ ਕੀਤਾ ਗਿਆ ਸੀ ਹੁਣ ਲੋਕ ਸਭਾ ਦੀ ਸਰੰਚਨਾ ਵੀ ਅਸੀਂ ਸਮਝ ਹੀ ਚੁੱਕੇ ਹਾਂ ਠੀਕ ਹੈ ਉਸ ਦੇ ਵਿੱਚ ਜੇਕਰ ਅਸੀਂ ਮੋਟਾ-ਮੋਟਾ ਲੋਕ ਸਭਾ ਦੀ ਸਰੰਚਨਾ ਦੀ ਗੱਲ ਕਰ ਲਈਏ ਲੋਕ ਸਭਾ ਦੇ ਵਿੱਚ ਕੀ-ਕੀ ਆਉਂਦਾ ਹੈ ਤਾਂ ਮੇਨ ਇੰਪੋਰਟੈਂਟ ਵੀ ਦੇ ਨਾਲ ਜ਼ਿਕਰ ਇਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਮੇਨ ਠੀਕ ਹੈ ਸਾਡੇ ਕੋਲ ਕੀ ਆ ਜਾਏਗਾ ਸਾਡੇ ਕੋਲ ਇੱਕ ਪਾਸੇ ਸੰਸਦ ਆ ਜਾਏਗੀ ਦੂਜੇ ਪਾਸੇ ਸਾਡੇ ਕੋਲ ਸੰਸਦ ਦੇ ਵਿੱਚ ਤਿੰਨ ਠੀਕ ਹੈ ਤਿੰਨ ਤਿੰਨ ਚੀਜ਼ਾਂ ਕਿਹੜੀਆਂ ਹੋਣਗੀਆਂ ਰਾਸ਼ਟਰਪਤੀ ਰਾਜ ਸਭਾ ਤੇ ਲੋਕ ਸਭਾ ਠੀਕ ਹੈ ਇਹ ਸੰਸਦ ਦੇ ਤਿੰਨ ਅੰਗ ਹੁੰਦੇ ਹਨ ਜਿਵੇਂ ਰਾਸ਼ਟਰਪਤੀ ਹੋ ਗਿਆ ਠੀਕ ਹੈ ਰਾਜ ਸਭਾ ਹੋ ਗਈ ਤੇ ਲੋਕ ਸਭਾ ਹੋ ਗਈ ਠੀਕ ਹੈ ਲੋਕ ਸਭਾ ਹੋ ਗਈ ਹੁਣ ਤੁਸੀਂ ਇਸ ਨੂੰ ਇੰਪੋਰਟੈਂਟ ਇਸ ਦੇ ਆਰਟੀਕਲ ਵੀ ਸਮਝਣੇ ਹਨ ਜੋ ਕਿ ਸੰਸਦ ਹੈ ਸਾਡੀ ਮੇਨ ਸੰਸਦ ਠੀਕ ਹੈ ਸੰਸਦ ਨੂੰ ਤੁਸੀਂ ਸ ਲਗਾ ਸਕਦੇ ਹੋ ਸੰਸਦ ਇਸ ਦਾ ਆਰਟੀਕਲ ਹੈ 79 ਠੀਕ ਹੈ ਇਸ ਦਾ ਆਰਟੀਕਲ ਕਿੰਨਾ ਹੈ 79 ਤੇ ਇਸ ਦੇ ਨਾਲ ਹੀ ਜੋ ਸਾਡਾ ਰਾਜ ਸਭਾ ਦਾ ਆਰਟੀਕਲ ਹੈ ਰਾਜ ਸਭਾ ਦਾ ਆਰਟੀਕਲ ਇਸ ਨੂੰ ਰ ਲਗਾ ਲੈਣੇ ਹਨ ਇਸ ਦਾ ਆਰਟੀਕਲ ਹੈ 80 ਤੇ ਉਸ ਤੋਂ ਬਾਅਦ ਜੋ ਸਾਡਾ ਲੋਕ ਸਭਾ ਦਾ ਆਰਟੀਕਲ ਹੈ ਲੋਕ ਸਭਾ ਦਾ ਤਾਂ ਇਸ ਦਾ ਆਰਟੀਕਲ ਹੈ 81 ਸੋ 79 80 81 ਇਸ ਦੇ ਆਰਟੀਕਲ ਵੀ ਯਾਦ ਰੱਖਣੇ ਹਨ ਸੋ ਇਹ ਸਾਡੀ ਲੋਕ ਸਭਾ ਦੀ ਸਰੰਚਨਾ ਦੇ ਵਿੱਚ ਮੇਨ ਹੈ ਮੰਤਰੀ ਪ੍ਰੀਸ਼ਦ ਮੰਤਰੀ ਮੰਡਲ ਸੰਸਦ ਸੰਸਦੇ ਦੇ ਤਿੰਨ ਅੰਗ ਰਾਸ਼ਟਰਪਤੀ ਰਾਜ ਸਭਾ ਤੇ ਲੋਕ ਸਭਾ ਇਹ ਸਾਰੇ ਨੂੰ ਅਸੀਂ ਪਿਛਲੀ ਇੱਕ ਵੀਡੀਓ ਵੀ ਕੀਤੀ ਸੀ ਉਸ ਦੇ ਵਿੱਚ ਵੀ ਕਵਰ ਅਪ ਕੀਤਾ ਸੀ ਸੋ ਤੁਸੀਂ ਇਸ ਨੂੰ ਵੀ ਯਾਦ ਰੱਖਣਾ ਹੈ ਸੋ ਜੇਕਰ ਇੱਕ ਨੈਕਸਟ ਇੰਪੋਰਟੈਂਟ ਫੈਕਟ ਤੁਹਾਨੂੰ ਪੁੱਛ ਲਿਆ ਜਾਵੇ ਲੋਕ ਸਭਾ ਦੇ ਪਹਿਲੇ ਸੈਸ਼ਨ ਦਾ ਆਯੋਜਨ ਕਦੋਂ ਕੀਤਾ ਗਿਆ ਪਹਿਲਾ ਸੈਸ਼ਨ ਕਦੋਂ ਹੋਇਆ ਸੀ ਤਾਂ ਇਸ ਦਾ ਟਾਈਮ ਹੈ 13 ਮਈ 1952 ਨੂੰ ਠੀਕ ਹੈ ਸੋ 13 ਮਈ 1952 ਨੂੰ ਲੋਕ ਸਭਾ ਦਾ ਪਹਿਲਾ ਸੈਸ਼ਨ ਹੋਇਆ ਉਸ ਦਾ ਆਯੋਜਨ ਕੀਤਾ ਗਿਆ ਸੀ ਲੋਕਪ੍ਰੀਏ ਸਦਨ ਹੈ ਇਸ ਦੇ ਨਾਲ ਹੀ ਤੁਸੀਂ ਇਸ ਨੂੰ ਯਾਦ ਰੱਖਣਾ ਹੈ ਕਿ ਲੋਕ ਸਭਾ ਸਾਡਾ ਲੋਕਪ੍ਰੀਏ ਸਦਨ ਹੈ ਇਸ ਦੇ ਵਿੱਚ ਜੋ ਹੈ ਮਤਦਾਨ ਦੇ ਦੁਆਰਾ ਜੋ ਹੈ ਨਿਯੁਕਤੀ ਹੁੰਦੀ ਹੈ ਠੀਕ ਹੈ ਸੋ ਮਤਦਾਨ ਦਾ ਇਸਤੇਮਾਲ ਜੋ ਹੈ ਲੋਕ ਸਭਾ ਦੇ ਵਿੱਚ ਜੋ ਹੈ ਉਹ ਹੁੰਦਾ ਹੈ ਸੋ ਲੋਕਪ੍ਰੀਏ ਸਦਨ ਹੈ ਠੀਕ ਹੈ ਸੋ ਨੈਕਸਟ ਲੋਕ ਸਭਾ ਦਾ ਪਹਿਲਾ ਅਧਿਐਕਸ਼ ਪੁੱਛ ਲਿਆ ਜਾ ਸਕਦਾ ਹੈ ਸੋ ਤਕਰੀਬਨ ਇਸ ਦੇ ਵਿੱਚ ਸਾਰੇ ਫੈਕਟ ਕਵਰ ਕਰ ਚੁੱਕੇ ਹਾਂ ਸੀ ਇੱਕ ਦੋ ਫੈਕਟਰ ਰਹਿ ਗਏ ਹਨ ਕਿ ਲੋਕ ਸਭਾ ਦਾ ਪਹਿਲਾ ਅਧਿਐਕਸ਼ ਕੋਣ ਹੈ ਤਾਂ ਜੀਵੀ ਮਾਵਲੰਕਰ ਹੈ ਉਪ ਚੇਸ਼ ਕੋਣ ਹੈ ਸਭ ਤੋਂ ਪਹਿਲਾ ਬਣਿਆ ਤਾਂ ਸ਼੍ਰੀ ਐਮ ਅਨੰਤ ਆਏ ਸਿਆਨਮ ਆਇੰਗਰ ਹੈ ਠੀਕ ਹੈ ਆਇੰਗਰ ਤੁਸੀਂ ਯਾਦ ਰੱਖਣਾ ਹੈ ਠੀਕ ਹੈ ਇਹ ਉਪ ਚੇਸ਼ ਸਨ ਮਾਵਲੰਕਰ ਪਹਿਲੇ ਲੋਕ ਸਭਾ ਦੇ ਅਧਿਐਕਸ਼ ਸਨ ਠੀਕ ਹੈ ਸੋ ਹੁਣ ਅਸੀਂ ਗੱਲ ਕਰਦੇ ਹਾਂ ਕਿ 16ਵੀਂ ਲੋਕ ਸਭਾ ਦੇ ਵਿੱਚ ਸੰਸਦਾਂ ਦੀ ਗਿਣਤੀ ਕਿੰਨੀ ਸੀ ਇਹ ਵੀ ਪੁੱਛ ਲਿਆ ਜਾ ਸਕਦਾ ਹੈ 16ਵੀਂ ਲੋਕ ਸਭਾ ਦੇ ਵਿੱਚ ਸੰਸਦਾਂ ਦੀ ਗਿਣਤੀ ਕਿੰਨੀ ਸੀ ਠੀਕ ਹੈ ਸੋ ਇਹ ਵੀ ਇੰਪੋਰਟੈਂਟ ਵੇ ਦੇ ਨਾਲ ਕੁਐਸਚਨ ਪੁੱਛ ਲਿਆ ਜਾ ਸਕਦਾ ਹੈ ਸੰਸਦ ਦੀ ਕੁੱਲ ਗਿਣਤੀ ਸੀ 545 ਠੀਕ ਹੈ 545 ਕੁੱਲ ਗਿਣਤੀ ਸੀ ਜਿਸ ਦੇ ਵਿੱਚ ਜੇਕਰ ਪੁਰਸ਼ਾਂ ਦੀ ਅਸੀਂ ਗੱਲ ਕਰ ਲਈਏ ਤਾਂ ਇਸ ਦੇ ਵਿੱਚ 479 ਪੁਰਸ਼ਾਂ ਦੀ ਗਿਣਤੀ ਸੀ ਜੇਕਰ ਮਹਿਲਾ ਦੀ ਗੱਲ ਕਰ ਲਈਏ ਤਾਂ 66 ਇਸ ਦੇ ਵਿੱਚ ਮਹਿਲਾ ਦੀ ਗਿਣਤੀ ਸੀ ਬਜ਼ੁਰਗ ਪੁੱਛ ਲਿਆ ਜਾਵੇ ਲੋਕ ਸਭਾ 16ਵੀਂ ਲੋਕ ਸਭਾ ਦੇ ਵਿੱਚ ਸੰਸਦ ਕਿਹੜਾ ਸੀ ਤੇ ਸ਼੍ਰੀ ਲਾਲ ਕ੍ਰਿਸ਼ਨ ਢਵਾਨੀ ਸੀ ਉਮਰ ਉਸ ਦੀ 90 ਸਾਲ ਦੀ ਕਰੀਬ ਸੀ ਜੋ ਯੁਵਾ ਪੁੱਛਿਆ ਜਾਵੇ ਤਾਂ શ્રી ਦੁਸ਼ਯੰਤ ਚੋਟਾਲਾ ਦੀ ਸੀ ਜਿਸ ਦੀ ਉਮਰ 27 ਸਾਲ ਦੇ ਕਰੀਬ ਸੀ ਠੀਕ ਹੈ ਸੋ ਇਹ ਸੀ ਲੋਕ ਸਭਾ ਦੇ ਨਾਲ ਰਿਲੇਟਡ ਕੁਸ਼ਚਨ ਇੰਪੋਰਟੈਂਟ ਅਸੀਂ ਇੰਪੋਰਟੈਂਟ ਫੈਕਟ ਕਵਰ ਕੀਤੇ 10 ਕੁਸ਼ਚਨ ਦਾ ਟੈਸਟ ਕਵਰ ਕੀਤਾ ਮੰਤਰੀ ਪ੍ਰੀਸ਼ਦ ਦੇ ਨਾਲ ਮੰਤਰੀ ਮੰਡਲ ਦੇ ਜੋ ਹੈ ਡਿਫਰੈਂਸ ਨੂੰ ਜਾਣਿਆ ਸੋ ਆਈ ਹੋਪ ਤੁਹਾਨੂੰ ਇਹ ਸਾਰੇ ਫੈਕਟ ਇੰਪੋਰਟੈਂਟ ਜੋ ਅਸੀਂ ਡਿਫਰੈਂਸ ਕੀਤਾ ਸਾਰਾ ਸਮਝ ਆਇਆ ਹੋਵੇਗਾ ਤੁਹਾਡੇ ਲਈ ਯੂਸਫੁਲ ਹੋਏਗੀ ਨੌਲੇਜ ਸਾਰੀ ਸੋ ਫਰੈਂਡਸ ਵਧੀਆ ਲੱਗਿਆ ਲੈਕਚਰ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਹੈ ਕਿੰਨੇ ਤੁਹਾਡੇ ਮਾਰਕਸ ਇਸ ਟੈਸਟ ਦੇ ਵਿੱਚੋਂ 10 ਕੁਐਸਚਨ ਦੇ ਵਿੱਚੋਂ ਗੇਨ ਹੋਏ ਹਨ ਉਹ ਦੱਸਣਾ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਇਸ ਤੋਂ ਬਾਅਦ ਅਸੀਂ ਨੈਕਸਟ ਟਾਪਿਕ ਸਿਵਿਕਸ ਦਾ ਕਵਰ ਕਰਾਂਗੇ ਹੋਰ ਵੀ ਜ਼ਿਆਦਾ ਇੰਪੋਰਟੈਂਟ ਵੇ ਦੇ ਨਾਲ ਸੋ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਫਰੈਂਡਸ ਥੈਂਕ ਯੂ